ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ ਯੂਟਿਊਬ ਚੈਨਲ ਉੱਤੇ। ਦੋਸਤੋ, LIC ਕੰਪਨੀ ਬਾਰੇ ਹਰ ਇੱਕ ਵਿਅਕਤੀ ਜਾਣਦਾ ਹੋਵੇਗਾ ਅਤੇ ਅੱਜ ਕੱਲ੍ਹ ਬੀਮੇ ਕਈ ਤਰ੍ਹਾਂ ਦੇ ਆਉਂਦੇ ਆ। ਲਾਈਫ ਇੰਸ਼ੋਰੈਂਸ ਆਉਂਦੀ ਆ, ਜਨਰਲ ਇੰਸ਼ੋਰੈਂਸ ਆਉਂਦੀ ਆ ਅਤੇ ਮੈਡੀਕਲ ਬੀਮੇ ਵੀ ਆਉਂਦੇ ਆ ਅਤੇ ਹਰ ਇੱਕ ਵਿਅਕਤੀ ਨੇ LIC ਦੀ ਪੋਲਿਸੀ ਦਾ ਕਰੀਬ ਕਰੀਬ ਹਰ ਇੱਕ ਵਿਅਕਤੀ ਨੇ ਖਰੀਦੀ ਹੋਵੇਗੀ। ਅਤੇ ਬੀਮਾ ਅਸੀਂ ਕਿਸ ਪਰਪਜ਼ ਦੇ ਲਈ ਖਰੀਦਦੇ ਹਾਂ? ਬੀਮਾ ਇੱਕ ਤਾਂ ਇਨਵੈਸਟਮੈਂਟ ਦੇ ਪਰਪਜ਼ ਦੇ ਲਈ ਵਰਤੋਂ ਕਰਦੇ ਹਾਂ ਅਤੇ ਦੂਜਾ ਇਹ ਹੁੰਦਾ ਵੀ ਜੇਕਰ ਸਾਡੀ ਡੈਥ ਹੋ ਜਾਵੇ ਤਾਂ ਜਿਹੜੇ ਸਾਡੇ ਫੈਮਿਲੀ ਮੈਂਬਰ ਆ ਉਹਨਾਂ ਨੂੰ ਕੁਝ ਸਹਾਇਤਾ ਹੋ ਸਕੇ। ਅਤੇ ਇਸੇ ਤਰ੍ਹਾਂ ਦੋਸਤੋ, ਜਦੋਂ ਵੀ ਕੋਈ ਸਰਕਾਰੀ ਕਰਮਚਾਰੀ ਸਰਕਾਰੀ ਸੇਵਾ ਦੇ ਵਿੱਚ ਹੁੰਦਾ ਹੈ ਤਾਂ ਕਿ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਹੋਇਆ ਕਿ ਜੇਕਰ ਕੱਲ੍ਹ ਨੂੰ ਮੇਰੀ ਡੈਥ ਹੁੰਦੀ ਆ, ਜਾਣੀ ਕਿ ਮੇਰੀ ਮੌਤ ਹੁੰਦੀ ਆ, ਤਾਂ ਤੁਹਾਨੂੰ ਕਿਹੜੇ ਕਿਹੜੇ ਲਾਭ ਮਿਲਣ ਨੂੰ ਯੋਗ ਹੋਣਗੇ। ਫੈਮਿਲੀ ਮੈਂਬਰ ਨੂੰ ਤਾਂ ਹਰ ਹਾਲਤ ਦੇ ਵਿੱਚ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਜੇਕਰ ਸਾਡੇ ਸਰਕਾਰੀ ਕਰਮਚਾਰੀ ਦੀ ਕਿਸੇ ਦੀ ਡੈਥ ਹੁੰਦੀ ਆ ਤਾਂ ਉਹ ਪਿੱਛੇ ਪਰਿਵਾਰ ਨੂੰ ਇੱਕ ਤਾਂ ਐਕਸ ਗ੍ਰੇਸ਼ੀਆ ਗ੍ਰਾਂਟ ਆ ਜਿਹੜੀ ਮਿਲਦੀ ਆ, ਠੀਕ ਹੈ ਜੀ, ਅਤੇ ਲੀਵ ਇਨ ਕੈਸ਼ਮੈਂਟ ਆ, ਗ੍ਰੈਜੂਟੀ, ਜੇਕਰ ਪੈਨਸ਼ਨੇਬਲ ਪੋਸਟ ਸੀ ਤਾਂ ਉਹਨੂੰ ਪੈਨਸ਼ਨ ਜਾਂ ਫਿਰ NPS ਦਾ ਫੰਡ। ਇਹ ਚੀਜ਼ਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਹਰ ਹਾਲਤ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ। ਅਤੇ ਇਸ ਤੋਂ ਇਲਾਵਾ ਅਤੇ ਦੋਸਤੋ, ਮੈਂ ਇਹਨਾਂ ਉੱਤੇ ਐਕਸ ਗ੍ਰੇਸ਼ੀਆ ਕੀ ਹੁੰਦੀ ਆ, ਲੀਵ ਇਨ ਕੈਸ਼ਮੈਂਟ, ਗ੍ਰੈਜੂਟੀ ਅਤੇ NPS, ਇੱਕ ਸਿਰਫ ਪੈਨਸ਼ਨ ਨੂੰ ਛੱਡ ਕੇ ਬਾਕੀ ਇਹ ਸਾਰੀਆਂ ਪੋਸਟ ਵੀਡੀਓਆਂ ਜਿਹੜੀਆਂ ਯੂਟਿਊਬ ਉੱਤੇ ਮੇਰੇ ਚੈਨਲ ਉੱਤੇ ਪੰਜਾਬੀ ਵਿੱਚ ਜਾਣਕਾਰੀ ਚੈਨਲ ਉੱਤੇ ਅਵੇਲੇਬਲ ਆ। ਅਤੇ ਤੁਹਾਨੂੰ ਸਲਾਹ ਦਿਆਂਗਾ ਕਿ ਤੁਸੀਂ ਖੁਦ ਦੇਖੋ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਖਾਓ ਤਾਂ ਕਿ ਜੇਕਰ ਕੱਲ੍ਹ ਨੂੰ ਤੁਹਾਡੇ ਨਾਲ ਕੁਝ ਮਿਸ ਹੈਪਨਿੰਗ ਹੁੰਦੀ ਆ ਤਾਂ ਤੁਹਾਡੇ ਮੈਂਬਰ ਪਰਿਵਾਰ ਦੇ ਮੈਂਬਰ ਆ ਜਿਹੜੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਅਸੀਂ ਕਿਵੇਂ ਇਹ ਚੀਜ਼ਾਂ ਬੈਨੀਫਿਟ ਹਾਸਲ ਕਰ ਸਕਦੇ ਹਾਂ। ਅਤੇ ਇਸੇ ਤਰ੍ਹਾਂ ਜੇਕਰ ਤਰਸ ਦੇ ਆਧਾਰ ਉੱਤੇ ਨੌਕਰੀ ਲੈਣੀ ਆ ਤਾਂ ਸਾਨੂੰ ਕਿਹੜੇ ਕਿਹੜੇ ਡਾਕੂਮੈਂਟ ਦੇਣੇ ਹੋਣਗੇ, ਠੀਕ ਹੈ ਜੀ, ਅਤੇ ਕਿਹੜੇ ਕਿਹੜੇ ਸ਼ਰਤਾਂ, ਕਿਹੜੇ ਕਿਹੜੇ ਨਿਯਮ ਆ ਜਿਹੜੇ ਸਾਡੇ ਉੱਤੇ ਲਾਗੂ ਹੋਣਗੇ ਸਾਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਲੈਣ ਵਾਸਤੇ। ਜਾਣੀ ਕਿ ਜਿਹੜੀ ਇਹ ਵੀਡੀਓ ਇੱਕ ਸਰਕਾਰੀ ਕਰਮਚਾਰੀ ਦੇ ਨਾਲੋਂ ਉਹਦੇ ਪਰਿਵਾਰਕ ਮੈਂਬਰਾਂ ਵਾਸਤੇ ਬਹੁਤ ਜ਼ਿਆਦਾ ਬੈਨੀਫਿਟ ਹੋਵੇਗੀ ਉਹਨਾਂ ਨੂੰ, ਕਿਉਂਕਿ ਮੌਤ ਦਾ ਦੋਸਤੋ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਿਹੜੇ ਟਾਈਮ ਕਿਸ ਸਮੇਂ ਡੈਥ ਹੋ ਜਾਣੀ ਆ। ਅਤੇ ਜੇਕਰ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕੀਤਾ ਹੋਵੇਗਾ, ਅਸੀਂ ਉਹਨਾਂ ਨੂੰ ਦੱਸਿਆ ਹੋਵੇਗਾ ਕਿ ਮੇਰੀ ਮੌਤ ਤੋਂ ਬਾਅਦ ਤੁਹਾਨੂੰ ਇਹ ਬੈਨੀਫਿਟ ਮਿਲਣਗੇ। ਇਸ ਤੋਂ ਇਲਾਵਾ ਜਿਵੇਂ ਕਿ ਇਹ ਬੈਨੀਫਿਟ ਤਾਂ ਹੈਗੇ ਆ, ਇਸ ਤੋਂ ਇਲਾਵਾ ਮੇਰਾ ਕੋਈ ਬੀਮਾ ਕਰਵਾਇਆ ਹੋਇਆ ਹੈ ਜਾਂ ਫਿਰ ਮੇਰਾ ਸੈਲਰੀ ਅਕਾਊਂਟ ਆ, ਜਿਵੇਂ ਕਿ ਮੇਰੇ ਸੈਲਰੀ ਅਕਾਊਂਟ ਆ ਅਤੇ ਮੇਰੇ ਵਿਭਾਗ ਦੀ ਸ਼ਰਤਾਂ ਦੇ ਅਨੁਸਾਰ ਜੇਕਰ ਮੇਰੀ ਐਕਸੀਡੈਂਟਲ ਮੌਤ ਹੁੰਦੀ ਆ ਤਾਂ ਜਿਹੜਾ ਮੈਨੂੰ 40 ਲੱਖ ਰੁਪਏ ਦਾ ਮੇਰੀ ਫੈਮਿਲੀ ਨੂੰ ਜਿਹੜਾ ਕਲੇਮ ਮਿਲੇਗਾ ਜੇਕਰ ਮੇਰੀ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਆ। ਇਹ ਚੀਜ਼ਾਂ ਮੇਰੀ ਫੈਮਿਲੀ ਨੂੰ ਜ਼ਰੂਰ ਹਰ ਹਾਲਤ ਦੇ ਵਿੱਚ ਪਤਾ ਹੋਣੀਆਂ ਚਾਹੀਦੀਆਂ ਜੀ। ਇਸ ਤੋਂ ਬਾਅਦ ਵੀਡੀਓ 'ਚ ਅੱਗੇ ਜਾਣ ਤੋਂ ਪਹਿਲਾਂ ਦੋਸਤੋ, ਜਿਹੜੇ ਸਾਡੇ ਬਾਬੇ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਦੇ ਆ ਦੋਸਤੋ, ਠੀਕ ਹੈ ਜੀ। ਕਈ ਢੋਲਕੀ ਕੁੱਟ ਕੇ ਹੋਏ ਬਾਬੇ ਕਹਿੰਦੇ ਆ ਕਿ ਜਿਹੜੀ ਮੌਤ ਆ ਇੱਕ ਅਟਲ ਸੱਚਾਈ ਆ ਅਤੇ ਬਾਕੀ ਜਿਹੜਾ ਜੀਵਨ ਆ ਹਰ ਇੱਕ ਪ੍ਰਕਾਰ ਦੀ ਜਿਹੜੀ ਅਸੀਂ ਗਤੀਵਿਧੀ ਕਰਦੇ ਹਾਂ ਉਹ ਝੂਠ ਆ। ਨਹੀਂ ਦੋਸਤੋ, ਇਹ ਕੋਰਾ ਝੂਠ ਬੋਲ ਰਹੇ ਹਾਂ ਬਿਲਕੁਲ। ਇਹ ਜੇਕਰ ਦੋਸਤੋ ਮੌਤ ਇੱਕ ਸੱਚਾਈ ਆ ਤਾਂ ਜੀਵਨ ਉਹ ਤੋਂ ਦੁੱਗਣਾ ਤਿੱਗਣਾ ਸੱਚਾਈ ਆ, ਕਿਉਂਕਿ ਇੱਕ ਜੀਵਨ ਇਹ ਆ ਜਿਹੜਾ ਸਾਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ ਅਤੇ ਇੱਕ ਜੀਵਨ ਇਹ ਆ ਜਿਹਦੇ ਰਾਹੀਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜੁੜਦੇ ਹਾਂ, ਰਿਸ਼ਤੇਦਾਰਾਂ ਦੇ ਨਾਲ, ਸਮਾਜ ਦੇ ਨਾਲ ਨਵੇਂ ਰਿਸ਼ਤੇ ਬਣਪ ਰਹੇ ਹਾਂ। ਅਤੇ ਤਰੱਕੀ ਇਹ ਸਾਡੀ ਤਾਂ ਹੀ ਹੋ ਰਹੀ ਹੈ ਦੋਸਤੋ ਜੇਕਰ ਸਾਡਾ ਜੀਵਨ ਆ, ਜਾਣੀ ਕਿ ਜੀਵਨ ਇੱਕ ਬਹੁਤ ਜ਼ਿਆਦਾ ਵੱਡੀ ਸੱਚਾਈ ਆ। ਜੀਵਨ ਆ ਜਿਹੜਾ ਕਦੇ ਵੀ ਝੂਠ ਨਹੀਂ ਹੋ ਸਕਦਾ ਹੈਗਾ। ਅਸੀਂ ਮੌਤ ਨੂੰ ਝੂਠ ਜ਼ਰੂਰ ਕਹਿ ਸਕਦੇ ਹਾਂ ਪਰ ਜੀਵਨ ਨੂੰ ਕਦੇ ਵੀ ਝੂਠ ਨਹੀਂ ਕਹਿ ਸਕਦੇ।
ਇਸੇ ਤਰ੍ਹਾਂ ਇੱਕ ਬਹੁਤ ਵੱਡੀ ਕਹਾਵਤ ਕਹੀ ਜਾਂਦੀ ਆ ਕਿ ਕੱਲ੍ਹ ਕਿਹਨੇ ਦੇਖਿਆ ਹੈ। ਨਹੀਂ ਦੋਸਤੋ, ਆ ਵੀ ਝੂਠ ਆ। ਆਪਣੀ ਆਪਣੀ ਤੁਸੀਂ ਦੋਸਤੋ ਉਮਰ ਦੇਖ ਲਓ, ਕਿੰਨੀ ਉਮਰ ਆ ਤੁਹਾਡੀ ਅੱਜ, ਤਾਂ ਤੁਸੀਂ ਦੇਖੋ ਵੀ ਹਰ ਰੋਜ਼ ਤੁਸੀਂ ਜਿਹੜਾ ਕੱਲ੍ਹ ਹੀ ਦੇਖਦੇ ਆ ਰਹੇ ਆ। ਠੀਕ ਆ ਜੀ, ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਦੋਸਤੋ 2002 ਦੇ ਵਿੱਚ ਪਾਲਿਸੀ ਬਣਾਈ ਆ। ਸਰਕਾਰ ਦੀਆਂ ਹਦਾਇਤਾਂ ਜਿਹੜੀਆਂ 11ਵੇਂ ਮਹੀਨੇ ਦੀਆਂ, 11/2002 ਦੀਆਂ, ਉਹਦੇ ਅਨੁਸਾਰ ਹੀ ਅਸੀਂ ਜਿਹੜੀ ਕਿਸੇ ਵੀ ਪਰਸਨ ਨੂੰ ਜਿਹੜੀ ਨੌਕਰੀ ਦਿੰਦੇ ਹਾਂ ਤਸ ਦੇ ਆਧਾਰ ਉੱਤੇ ਸਾਰੀ ਟੋਟਲੀ ਕੰਪਲੀਟ ਜਿਹੜੇ ਨਿਯਮਾਂ 2002 ਦੇ ਵਿੱਚ ਸਰਕਾਰ ਨੇ ਫਰੇਮ ਕਰ ਦਿੱਤੇ ਸੀ। ਇਸ ਤੋਂ ਬਾਅਦ ਇਹਦੇ ਵਿੱਚ ਵੀ ਕਈ ਸੁਧਾਰ ਕੀਤੇ ਆ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਪੁੱਛੀਏ ਵੀ ਸਰਕਾਰੀ ਨੌਕਰੀ ਕਿਹਨੂੰ ਮਿਲਦੀ ਹੈ ਤਸ ਦੇ ਆਧਾਰ ਉੱਤੇ, ਤਾਂ ਸਭ ਤੋਂ ਪਹਿਲਾਂ ਅਸੀਂ ਆਨਸਰ ਦੇਵਾਂਗੇ ਵੀ ਇੱਕ ਜਿਹੜਾ ਸਰਕਾਰੀ ਕਰਮਚਾਰੀ ਹੈ, ਜੇ ਉਹਦੀ ਸਰਕਾਰੀ ਸੇਵਾ ਦੇ ਦੌਰਾਨ ਡੈਥ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਤਸ ਦੇ ਆਧਾਰ ਉੱਤੇ ਜੋਬ ਦਿੱਤੀ ਜਾ ਸਕਦੀ ਹੈ। ਦੋਸਤੋ, ਇਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈਗਾ। ਠੀਕ ਹੈ ਜੀ, ਸੱਚ ਹੈਗਾ ਪਰ ਪੂਰਾ ਸੱਚ ਨਹੀਂ ਹੈਗਾ। ਇਹ ਤੋਂ ਇਲਾਵਾ ਵੀ ਹੋਰ ਵਿਅਕਤੀ, ਕੁਝ ਐਸੇ ਵਿਅਕਤੀ ਵੀ ਹਨ ਜਿਨ੍ਹਾਂ ਨੂੰ ਸਰਕਾਰੀ ਸੇਵਾ ਦੇ ਵਿੱਚ ਨਹੀਂ ਹੈਗੇ, ਤਾਂ ਵੀ ਉਹਨਾਂ ਨੂੰ ਤਸ ਦੇ ਆਧਾਰ ਉੱਤੇ ਨੌਕਰੀ ਪ੍ਰਾਪਤ ਹੋ ਸਕਦੀ ਆ। 2002 ਦੀਆਂ ਹਦਾਇਤਾਂ ਦੇ ਅਨੁਸਾਰ ਦੋਸਤੋ, ਕੋਈ ਵੀ ਜਿਹੜਾ ਆਸ਼ਰਿਤ ਮੈਂਬਰ ਆ, ਜਾਣੀ ਕਿ ਡਿਪੈਂਡੈਂਟ ਮੈਂਬਰ ਆ ਐਸੀ ਫੈਮਿਲੀ ਦਾ, ਕੋਈ ਵੀ ਜੇਕਰ ਕਮਾਊ ਮੈਂਬਰ, ਜਾਣੀ ਕਿ ਬ੍ਰੈਡ ਵਿਨਰ ਕਮਾਊ ਮੈਂਬਰ, ਜੇਕਰ ਉਹਦੀ ਮੌਤ ਹੋ ਜਾਂਦੀ ਆ ਜਾਂ ਫਿਰ ਉਹ 100% ਆ ਜਿਹੜਾ ਫਿਜੀਕਲ ਤੌਰ 'ਤੇ ਡਿਸੇਬਲ ਹੋ ਜਾਂਦਾ ਹੈ, ਕਦੋਂ ਹੁੰਦਾ ਹੈ, ਜਾਂ ਤਾਂ ਕਿਸੇ ਅੱਤਵਾਦੀ ਹਮਲੇ ਦੇ ਵਿੱਚ ਹੋ ਜਾਂਦਾ ਹੈ, ਜਾਂ ਕਦੇ ਕਈ ਵਾਰ ਸਾਡੀਆਂ ਜਿਹੜੀਆਂ ਫੌਜਾਂ, ਜਾਣੀ ਜਿਹੜੀਆਂ ਸੁਰੱਖਿਆ ਸੇਨਾਵਾਂ ਹੈ, ਉਹ ਕਈ ਵਾਰ ਨਾ ਸਾਡੀ ਸਹਾਇਤਾ ਕਰ ਰਹੀ ਹੁੰਦੀਆਂ ਹੈ। ਠੀਕ ਹੈ ਜੀ, ਤਾਂ ਕਈ ਵਾਰ ਉਹ ਕੀ ਹੁੰਦਾ, ਕੋਈ ਜਿਹੜਾ ਕੋਈ ਸਧਾਰਨ ਵਿਅਕਤੀ ਹੁੰਦਾ ਜਾਂ ਆਮ ਵਿਅਕਤੀ ਆ, ਤਾਂ ਉਹਦੀ ਜਿਹੜੀ ਡੈਥ ਹੋ ਜਾਂਦੀ ਹੈ ਜਾਂ ਉਹ ਫਿਜੀਕਲ ਡਿਸੇਬਲ ਹੋ ਜਾਂਦਾ ਹੈ, ਤਾਂ ਉਸ ਪਰਿਵਾਰ ਦੇ ਜਿਹੜਾ ਆਸ਼ਰਿਤ ਮੈਂਬਰ ਹੁੰਦੇ ਆ, ਜਾਣੀ ਕਿ ਉਸ ਵਿਅਕਤੀ ਉੱਤੇ ਜਿਹੜੇ ਆਸ਼ਰਿਤ ਮੈਂਬਰ ਹੁੰਦੇ ਆ, ਉਹਨਾਂ ਵਿੱਚੋਂ ਕਿਸੇ ਵਿਅਕਤੀ ਨੂੰ ਜਿਹੜੀ ਤਰਸ ਦੇ ਆਧਾਰ ਉੱਤੇ ਨੌਕਰੀ ਮਿਲ ਸਕਦੀ ਆ। ਉਹ ਤੋਂ ਬਾਅਦ ਸਰਕਾਰੀ ਮੈਂਬਰ ਕੋਈ ਵੀ ਆ ਜੀ, ਸਰਕਾਰੀ ਕਰਮਚਾਰੀ ਜਿਹੜਾ, ਜੇਕਰ ਉਹਦੀ ਡੈਥ ਹੋ ਜਾਂਦੀ ਆ, ਤਾਂ ਉਹਦੇ ਪਿੱਛੇ ਜਿਹੜੇ ਵਾਰਸ ਹੁੰਦੇ ਆ, ਉਹਨਾਂ ਨੂੰ ਅਸੀਂ ਤਰਸ ਦੇ ਆਧਾਰ ਉੱਤੇ ਨੌਕਰੀ ਦਿੰਦੇ ਹਾਂ। ਅਤੇ ਇਸ ਤਰ੍ਹਾਂ ਦੋਸਤੋ, ਜੇਕਰ ਕੋਈ ਡਿਸੇਬਲਡ ਐਕਸ ਸਰਵਿਸਮੈਨ, ਠੀਕ ਹੈ, ਜੇਕਰ ਕੋਈ ਫੌਜ ਦੇ ਵਿੱਚੋਂ ਡਿਸੇਬਲ ਹੋ ਕੇ ਆ ਗਿਆ ਘਰ, ਐਕਸ ਸਰਵਿਸਮੈਨ ਜਾਣੀ ਕਿ ਫੌਜ ਦੀ ਸਰਵਿਸ ਤੋਂ, ਪਰ ਉਹ ਜਿਹੜਾ ਸਿਵਲ ਸਰਵਿਸ ਵਾਸਤੇ ਫਿੱਟ ਆ, ਤਾਂ ਅਸੀਂ ਉਹਨੂੰ ਜਿਹੜੀ ਪੰਜਾਬ ਸਰਕਾਰ ਆ ਤਸ ਦੇ ਆਧਾਰ ਉੱਤੇ ਜੋਬ ਦੇ ਸਕਦੀ ਆ। ਤਾਂ ਇਸੇ ਤਰ੍ਹਾਂ ਜੇਕਰ ਕੋਈ ਸਰਕਾਰੀ ਫੌਜ ਦੇ ਵਿੱਚ ਸੇਵਾ ਕਰ ਰਿਹਾ ਹੈ ਅਤੇ ਉਹਦੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਮੌਤ ਹੋ ਜਾਂਦੀ ਆ, ਜਾਂ ਫਿਰ ਉਹ ਡਿਸੇਬਲ ਹੋ ਜਾਂਦਾ ਹੈ ਜਾਂ ਟੋਟਲੀ ਅਨਫਿਟ ਹੋ ਜਾਂਦਾ ਹੈ ਫੌਜ ਦੇ ਵਾਸਤੇ, ਤਾਂ ਉਹਨੂੰ ਪੰਜਾਬ ਸਰਕਾਰ ਆ, ਜਿਹੜੀ ਸਰਕਾਰ ਆ, ਤਸ ਦੇ ਆਧਾਰ ਉੱਤੇ ਨੌਕਰੀ ਦੇ ਸਕਦੀ ਆ। ਜਦੋਂ ਵੀ ਦੋਸਤੋ ਸਰਕਾਰ ਕੋਈ ਐਕਟ ਬਣਾਉਂਦੀ ਆ, ਤਾਂ ਉਹਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਪਰਿਵਾਸਾ ਹਮੇਸ਼ਾ ਸ਼ਾਮਿਲ ਕਰਦੀ ਆ। ਸਰਕਾਰ ਨੇ ਸਪਾਊਂਜ ਪਾਇਆ, ਸਪਾਊਂਜ ਦਾ ਮਤਲਬ ਹੁੰਦਾ ਜਾਂ ਪਤੀ ਜਾਂ ਪਤਨੀ, ਦੋਨਾਂ ਵਿੱਚੋਂ ਇੱਕ ਜੀ। ਠੀਕ ਹੈ ਜੀ, ਉਹ ਤੋਂ ਬਾਅਦ ਸਨ, ਮਤਲਬ ਕੋਈ ਵੀ ਮੁੰਡਾ, ਚਾਹੇ ਉਹ ਵਿਆਹਿਆ ਵਾ, ਚਾਹੇ ਉਹ ਅਨਮੈਰਿਡ ਆ, ਚਾਹੇ ਮੈਰਿਡ ਆ, ਬੇਸ਼ੱਕ ਉਸ ਵਿਅਕਤੀ ਨੇ ਕੋਈ ਸਨ ਆ ਜਿਹੜਾ ਗੋਦ ਲਿਆ ਵਾ, ਉਸ ਗੋਦ ਲਈ ਬੱਚੇ ਦੇ ਵੀ ਪੂਰੇ ਹੱਕ ਆ, ਅਤੇ ਉਹਨੂੰ ਅਸੀਂ ਪਰਿਵਾਰ ਦਾ ਮੈਂਬਰ ਮੰਨ ਕੇ ਉਹਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਵਾਂਗੇ। ਅਤੇ ਜੇਕਰ ਅਨਮੈਰਿਡ ਡਾਟਰ, ਸਨ ਦੇ ਕੇਸ ਵਿੱਚ ਕੋਈ ਚੱਕਰ ਨਹੀਂ ਹੈਗਾ, ਬੇਸ਼ੱਕ ਉਹ ਮੈਰਿਡ ਆ ਚਾਹੇ ਅਨਮੈਰਿਡ ਆ, ਅਤੇ ਨੌਕਰੀ ਸਿਰਫ ਅਸੀਂ ਅਨਮੈਰਿਡ ਡਾਟਰ ਨੂੰ ਦੇਵਾਂਗੇ, ਬੇਸ਼ੱਕ ਚਾਹੇ ਉਹ ਗੋਦ ਲਈ ਹੋਈ ਬੱਚੀ ਆ, ਉਹਦੇ ਵੀ ਪੂਰੇ ਹੱਕ ਆ ਤਰਸ ਦੇ ਆਧਾਰ ਉੱਤੇ ਨੌਕਰੀ ਲੈਣ ਵਾਸਤੇ। ਜ਼ਰੂਰੀ ਨਹੀਂ ਹੈਗਾ ਦੋਸਤੋ ਵੀ ਜਿਹੜਾ ਸਰਕਾਰੀ ਨੌਕਰ ਆ ਅਤੇ ਉਹ ਹਮੇਸ਼ਾ ਵਿਆਹਿਆ ਹੋਇਆ ਹੀ ਹੋਵੇ, ਕੁਝ ਬੱਚੇ ਐਸੇ ਵੀ ਹੁੰਦੇ ਜਿਹੜੇ ਅਨਮੈਰਿਡ ਹੁੰਦੇ ਆ ਅਤੇ ਸਰਕਾਰੀ ਸੇਵਾ ਦੇ ਵਿੱਚ ਆ ਜਾਂਦੇ ਆ, ਤਾਂ ਜੇਕਰ ਐਸੇ ਕਿਸੇ ਬੱਚੇ ਦੀ ਡੈਥ ਹੁੰਦੀ ਹੈ ਜਿਹੜਾ ਸਰਕਾਰੀ ਸੇਵਾ ਦੇ ਵਿੱਚ ਆਇਆ ਹੈ,
ਤੇ ਉਹਦਾ ਹਜੇ ਵਿਆਹ ਨਹੀਂ ਹੋਇਆ ਹੋਵੇਗਾ, ਠੀਕ ਹੈ ਜੀ। ਤਾਂ ਉਸ ਕੇਸ ਦੇ ਵਿੱਚ ਜਿਹੜੀ ਨੌਕਰੀ ਦੇਣੀ ਆ, ਅਸੀਂ ਜਾਂ ਤਾਂ ਅਨਮੈਰਿਡ ਬ੍ਰਦਰ ਨੂੰ ਦੇਵਾਂਗੇ, ਇਸੇ ਤਰ੍ਹਾਂ ਅਨਮੈਰਿਡ ਸਿਸਟਰ ਨੂੰ। ਜੇਕਰ ਅਨਮੈਰਿਡ ਸਰਕਾਰੀ ਕਰਮਚਾਰੀ ਆ ਤਾਂ ਅਸੀਂ ਅਨਮੈਰਿਡ ਬ੍ਰਦਰ ਜਾਂ ਅਨਮੈਰਿਡ ਸਿਸਟਰ ਨੂੰ ਦੇ ਸਕਦੇ ਹਾਂ, ਪਰ ਜੇਕਰ ਸਰਕਾਰੀ ਕਰਮਚਾਰੀ ਦੇ ਬੱਚੇ ਹੈਗੇ ਆ ਤਾਂ ਅਸੀਂ ਸਾਨਾ ਬੇਸ਼ੱਕ ਵਿਆਹ ਵਿੱਚ ਇਹ ਨਹੀਂ ਵਿਆਹਿਆ ਹੋਇਆ। ਅਤੇ ਇਸੇ ਤਰ੍ਹਾਂ ਜੇਕਰ ਬੇਟੀ ਆ, ਬੇਟੀ ਨੂੰ ਸਿਰਫ ਅਸੀਂ ਅਨਮੈਰਿਡ ਨੂੰ ਦੇਵਾਂਗੇ। ਤਰਸ ਦੇ ਆਧਾਰ ਉੱਤੇ ਨੌਕਰੀ ਦੋਸਤੋ ਇਹਨੂੰ ਅਸੀਂ ਹੱਕ ਦੇ ਆਧਾਰ ਉੱਤੇ ਕਦੇ ਵੀ ਨਹੀਂ ਲੈ ਸਕਦੇ ਹੈਗੇ। ਨਿਯੁਕਤੀ ਅਧਿਕਾਰੀ ਦਾ ਦੋਸਤੋ ਇਹ ਪੂਰਾ ਹੱਕ ਆ, ਉਹ ਸਾਨੂੰ ਨੌਕਰੀ ਦੇਣ ਤੋਂ ਮਨਾ ਵੀ ਕਰ ਸਕਦਾ। ਜਦੋਂ ਵੀ ਕਿਸੇ ਕਰਮਚਾਰੀ ਦੀ ਡੈਥ ਹੁੰਦੀ ਹੈ ਤਾਂ ਉਹ ਤੋਂ ਬਾਅਦ ਜਿਹੜਾ ਨਿਯੁਕਤੀ ਅਧਿਕਾਰੀ ਆ ਉਹਨੇ ਵੇਖਣਾ ਹੁੰਦਾ ਹੈ ਕਿ ਜਿਹੜੇ ਪਰਿਵਾਰ ਦੇ ਹਾਲਾਤ ਆ ਉਹ ਕਿਵੇਂ ਦੇ ਆ, ਕੀ ਉਹ ਸਰਵਾਈਵ ਕਰ ਸਕਦੇ ਆ। ਉਹ ਤੋਂ ਬਾਅਦ ਜਾਂ ਉਹਨਾਂ ਦੇ ਜਿਹੜੇ ਵਿੱਤੀ ਹਾਲਾਤ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਣਗੇ ਜਾਂ ਖਰਾਬ ਹੋ ਚੁੱਕੇ ਆ, ਕਿਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਊ ਮੈਂਬਰ ਆ ਜਾਂ ਕੀ ਚੀਜ਼ ਆ, ਸਾਰੇ ਹਾਲਾਤਾਂ ਦਾ ਮਾਇਨਾ ਲੈਣਾ ਹੁੰਦਾ ਹੈ। ਤਾਂ ਹੀ ਜਦੋਂ ਵੀ ਅਸੀਂ ਕਿਸੇ ਨੂੰ ਨੌਕਰੀ ਦੇਣੀ ਹੈ ਤਾਂ ਅਸੀਂ ਉਹਨਾਂ ਤੋਂ ਜਿਹੜੀ ਵੀ ਉਹਦੇ ਜਾਇਦਾਦ ਆ ਉਹਦਾ ਵੇਰਵਾ ਮੰਗਦੇ। ਇਹ ਜਿਹੜਾ ਜਾਇਦਾਦ ਦਾ ਵੇਰਵਾ ਮੰਗਣ ਦਾ ਕਾਰਨ ਇਹੀ ਆ ਕਿ ਉਹਦੇ ਹਾਲਾਤ ਦੇਖੇ ਜਾਣ ਜਾਂ ਉਹਨਾਂ ਦੀ ਕਿੰਨੀ ਪਰਿਵਾਰਕ ਆਮਦਨ ਆ, ਇਹਨਾਂ ਚੀਜ਼ਾਂ ਨੂੰ। ਜੇਕਰ ਉਹਨਾਂ ਦੇ ਹਾਲਾਤ ਨਿਯੁਕਤੀ ਅਧਿਕਾਰੀ ਨੂੰ ਲੱਗਦਾ ਹੈ ਕਿ ਹਾਲਾਤ ਸਹੀ ਆ ਤਾਂ ਉਹਨਾਂ ਨੂੰ ਨੌਕਰੀ ਦੇਣ ਤੋਂ ਕਦੇ ਵੀ ਮਨਾ ਕੀਤਾ ਜਾ ਸਕਦਾ ਹੈ। ਬਹੁਤ ਘੱਟ ਰੇਅਰ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਨੌਕਰੀ ਦੇਣ ਤੋਂ ਮਨਾ ਕੀਤਾ ਜਾਂਦਾ ਹੈ। ਆਮ ਤੌਰ 'ਤੇ ਜਿਹੜੀ ਨੌਕਰੀ ਤਰਸ ਦੇ ਆਧਾਰ ਉੱਤੇ ਦੇ ਦਿੱਤੀ ਜਾ ਸਕਦੀ ਆ, ਪਰ ਫਿਰ ਵੀ ਜਿਹੜੀ ਨੌਕਰੀ ਆ ਇਹ ਹੱਕ ਸਾਡਾ, ਇਹ ਹੱਕ ਨਹੀਂ ਹੈਗਾ। ਇਹ ਇੱਕ ਸਮਰੱਥ ਅਧਿਕਾਰੀ ਨੇ ਦੇਖਣਾ ਹੁੰਦਾ ਹੈ ਵੀ ਇਹਨਾਂ ਨੂੰ ਨੌਕਰੀ ਦੇਣੀ ਆ ਜਾਂ ਨਹੀਂ ਦੇਣੀ ਹੈਗੀ। ਤਰਸ ਦੇ ਆਧਾਰ 'ਤੇ ਜਦੋਂ ਵੀ ਅਸੀਂ ਜੋਬ ਦੇਣੀ ਆ, ਜਾਣੀ ਕਿ ਨੌਕਰੀ ਦੇਣੀ ਆ, ਤਾਂ ਉਹਨੂੰ ਕੁਝ ਛੋਟਾਂ ਹਾਸਲ ਆ, ਠੀਕ ਹੈ ਜੀ। ਕੋਈ ਵੀ ਜਦੋਂ ਅਸੀਂ ਸਿੱਧੀ ਭਰਤੀ ਆ, ਜਿਹੜੀ ਵੀ ਤਰਸ ਦੇ ਆਧਾਰ ਉੱਤੇ ਭਰਤੀ ਕੀਤੀ ਜਾਂਦੀ ਆ ਦੋਸਤੋ, ਸਿੱਧੀ ਭਰਤੀ ਦੇ ਕੋਟੇ ਵਿੱਚੋਂ ਕੀਤੀ ਜਾਂਦੀ ਆ। ਜਿੰਨੇ ਵੀ ਕਾਨੂੰਨ ਨਿਯਮ ਆ ਜੋ ਵੀ ਸਿੱਧੀ ਭਰਤੀ ਉੱਤੇ ਲਾਗੂ ਹੋਣਗੇ, ਉਹੀ ਨਿਯਮ ਦੇ ਕਾਨੂੰਨ ਆ ਜਿਹੜੇ ਤਰਸ ਦੇ ਆਧਾਰ ਉੱਤੇ ਭਰਤੀ ਦੇ ਸਮੇਂ ਨਿਯੁਕਤ ਹੋ ਰਹੇ ਕਰਮਚਾਰੀਆਂ ਉੱਤੇ ਲਾਗੂ ਕੀਤੇ ਜਾਂਦੇ ਆ। ਅਤੇ ਇਹਦੇ ਵਿੱਚ ਕੁਝ ਛੋਟਾ ਹਾਸਲ ਆ, ਜਿਵੇਂ ਕਿ ਅਸੀਂ ਸਿੱਧੀ ਭਰਤੀ ਕਰਦੇ ਹਾਂ ਉਹ ਕਿਸੇ ਵੀ ਏਜੰਸੀ ਦੇ ਦੁਆਰਾ ਹੈਲਡ ਕੀਤੀ ਜਾਂਦੀ ਹੈ, ਯਾਨੀ ਕਿ ਕਿਸੇ ਅਸੀਂ ਏਜੰਸੀ ਦੇ ਥਰੂ ਕਰਦੇ ਹਾਂ ਜਾਂ ਖੁਦ ਕਰ ਵਿਭਾਗ ਕਰੇ, ਤਾਂ ਜਿਵੇਂ ਕਿ SSPSSB ਬੋਰਡ ਕਰਦਾ ਹੈ। ਤਾਂ ਜਦੋਂ ਅਸੀਂ ਤਰਸ ਦੇ ਆਧਾਰ ਉੱਤੇ ਨੌਕਰੀ ਦੇਣੀ ਹੈ ਤਾਂ ਸਾਨੂੰ ਕਿਸੇ ਵੀ ਏਜੰਸੀ ਕੋਲ ਜਾਣ ਦੀ ਜ਼ਰੂਰਤ ਨਹੀਂ, ਬਲਕਿ ਜਿਹੜਾ ਵਿਭਾਗ ਆ ਯਾਨੀ ਕਿ ਨਿਯੁਕਤੀ ਅਧਿਕਾਰੀ ਆ ਉਹ ਸਾਰੀਆਂ ਯੋਗਤਾਵਾਂ ਜਿਹੜੀਆਂ ਵੀ ਉਸ ਪੂਰੇ ਕਰਾ ਕੇ, ਜਿੰਨੇ ਵੀ ਜੋ ਵੀ ਕਾਗਜ਼ ਪੇਪਰ ਚਾਹੀਦੇ ਹੁੰਦੇ ਆ, ਯਾਨੀ ਕਿ ਜੋ ਵੀ ਡਾਕੂਮੈਂਟ ਚਾਹੀਦੇ ਹੁੰਦੇ ਆ, ਉਹਨਾਂ ਨੂੰ ਸ਼ਰਤਾਂ ਪੂਰੀਆਂ ਕਰਵਾ ਕੇ ਨੌਕਰੀ ਖੁਦ ਬਾ ਖੁਦ ਦੇ ਸਕਦਾ। ਅਤੇ ਇਸੇ ਤਰ੍ਹਾਂ ਜੇਕਰ ਕਿਸੇ ਪ੍ਰਕਾਰ ਦੀ ਸਾਨੂੰ ਸਰਪਲਸ ਸੈੱਲ ਤੋਂ ਯਾਨੀ ਕਿ ਸਰਕਾਰ ਤੋਂ ਕਿਸੇ ਪ੍ਰਕਾਰ ਦੀ ਕਲੀਅਰੈਂਸ ਦੀ ਜ਼ਰੂਰਤ ਪੈਂਦੀ ਆ ਤਾਂ ਸਾਨੂੰ ਤਰਸ ਦੇ ਆਧਾਰ ਉੱਤੇ ਐਸੀ ਕਿਸੇ ਵੀ ਕਲੀਅਰੈਂਸ ਤੋਂ ਛੋਟ ਹਾਸਲ ਆ। ਅਤੇ ਕਈ ਵਾਰ ਸਰਕਾਰ ਆ ਜਿਹੜੀ ਪੋਸਟਾਂ ਉੱਤੇ ਬੈਨ ਲਾ ਦਿੰਦੇ ਵੀ ਸਿੱਧੀ ਭਰਤੀ ਦੀਆਂ ਜਿਹੜੀਆਂ ਪੋਸਟਾਂ ਹੈ 2 ਸਾਲ ਵਾਸਤੇ 3 ਸਾਲ ਵਾਸਤੇ ਨਹੀਂ ਭਰੀਆਂ ਜਾਣੀ ਹੈਗੀਆਂ ਜਾਂ ਅਗਲੇ ਹੁਕਮਾਂ ਤੱਕ ਨਹੀਂ ਭਰੀਆਂ ਜਾਣਗੀਆਂ। ਪਰ ਜਦੋਂ ਅਸੀਂ ਕਿਸੇ ਵੀ ਪ੍ਰਕਾਰ ਦੀ ਤਰਸ ਦੇ ਆਧਾਰ ਉੱਤੇ ਭਰਤੀ ਕਰ ਸਕਦੇ ਹਾਂ ਤਾਂ ਜਿਹੜੇ ਵੀ ਬੈਨ ਆਰਡਰ ਕੀਤੇ ਜਾਂਦੇ ਆ ਸਰਕਾਰ ਵੱਲੋਂ ਉਹ ਬੈਨ ਆਰਡਰ ਲਾਗੂ ਨਹੀਂ ਹੁੰਦੇ। ਯਾਨੀ ਕਿ ਤਰਸ ਦੇ ਆਧਾਰ ਉੱਤੇ ਭਰਤੀ ਨੂੰ ਐਸੀ ਕਿਸੇ ਵੀ ਤਰ੍ਹਾਂ ਦੀ ਸ਼ਰਤ ਆ ਜਿਹੜੀ ਜੇਕਰ ਕਿਸੇ ਪ੍ਰਕਾਰ ਦੇ ਬੈਨ ਕੀਤਾ ਗਿਆ ਸਿੱਧੀ ਭਰਤੀ ਨੂੰ ਤਾਂ ਉਹ ਸ਼ਰਤ ਆ ਜਿਹੜੀ ਲਾਗੂ ਨਹੀਂ ਹੋਵੇਗੀ। ਯਾਨੀ ਕਿ ਅਸੀਂ ਕਿਸੇ ਵੀ ਸਮੇਂ ਜਿਹੜੀ ਤਰਸ ਦੇ ਆਧਾਰ ਉੱਤੇ ਭਰਤੀ ਉਹ ਕਰ ਸਕਦੇ ਹਾਂ। ਪਰ ਜੇਕਰ ਸਮਰੱਥ ਅਧਿਕਾਰੀ ਚਾਹੇ ਤਾਂ ਜਿਹੜੀ ਅਪਰ ਏਜ ਲਿਮਿਟ ਆ ਉਹਦੇ ਵਿੱਚ 5 ਸਾਲ ਤੱਕ ਦੀ ਛੋਟ ਦੇ ਸਕਦਾ ਹੈ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਜੇਕਰ ਅਸੀਂ ਭਰਤੀ ਕਲਾਸ 4 ਯਾਨੀ ਕਿ ਗਰੁੱਪ D ਦੇ ਵਿੱਚ ਕਰ ਰਹੇ ਹਾਂ ਤਾਂ ਜਿਹੜੀ ਘੱਟ ਤੋਂ ਘੱਟ ਉਮਰ ਆ ਉਹ 16 ਸਾਲ ਆ, ਅਤੇ 16 ਸਾਲ ਤੋਂ ਘੱਟ ਦੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਸੇਵਾ ਦੇ ਵਿੱਚ ਨਹੀਂ ਰੱਖਿਆ ਜਾਂਦਾ। ਅਤੇ ਇਸੇ ਤਰ੍ਹਾਂ ਜੇਕਰ ਅਸੀਂ ਗਰੁੱਪ C ਦੀ ਪੋਸਟ ਅਸੀਂ ਉਹਨੂੰ ਔਫਰ ਕਰ ਰਹੇ ਹਾਂ ਤਾਂ ਜਿਹੜੀ ਉਸ ਵਿਅਕਤੀ ਦੀ ਉਮਰ ਆ ਜਿਹੜੀ ਘੱਟੋ ਘੱਟ
18 ਸਾਲ ਹੋਣੀ ਚਾਹੀਦੀ ਆ ਜਿਹੜੀ ਘੱਟੋ ਘੱਟ ਉਮਰ ਆ ਅਸੀਂ ਇਹਦੇ ਵਿੱਚੋਂ ਕਦੇ ਵੀ ਛੋਟ ਨਹੀਂ ਦੇ ਸਕਦੇ ਹੈਗੇ। ਤਾਂ ਵਿੱਦਿਅਕ ਯੋਗਤਾ ਦੇ ਵਿੱਚ ਦੋਸਤੋ ਸਰਕਾਰ ਕਹਿੰਦੀ ਆ ਵੀ ਕਿਸੇ ਪ੍ਰਕਾਰ ਦੀ ਕਿਸੇ ਵੀ ਵਿਅਕਤੀ ਨੂੰ ਜਿਹੜੀ ਛੋਟ ਆ ਹਾਸਲ ਨਹੀਂ ਹੈਗੀ। ਪਰ ਜੇਕਰ ਅਸੀਂ ਗਰੁੱਪ ਡੀ ਵਾਸਤੇ ਪੋਸਟ ਭਰਨੀ ਆ ਤਾਂ ਜਿਹੜੀ ਘੱਟੋ ਘੱਟ ਯੋਗਤਾ 5ਵੀਂ ਚਾਹੀਦੀ ਆ। ਪਰ ਬਾਅਦ ਵਿੱਚ ਸਰਕਾਰ ਨੇ ਜਿਹੜੀ ਗਰੁੱਪ ਡੀ ਦੀ ਜਿਹੜੀ ਵਿੱਦਿਅਕ ਯੋਗਤਾ ਸੀ 8ਵੀਂ ਕਰ ਦਿੱਤੀ ਸੀ, ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਜੇਕਰ ਗਰੁੱਪ ਸੀ ਵਿੱਚ ਉਹਨੇ ਕਿਸੇ ਨੇ ਵਿਅਕਤੀ ਨੂੰ ਅਸੀਂ ਪੋਸਟ ਵਾਸਤੇ ਔਫਰ ਕਰ ਰਹੇ ਹਾਂ ਤਾਂ ਜਿਹੜੀ ਉਸ ਅਸਾਮੀ ਦੀ ਜਿਹੜੀ ਵਿੱਦਿਅਕ ਯੋਗਤਾ ਹੈ ਉਹਦੇ ਵਾਸਤੇ ਜਿਹੜੀ ਉਹਨੂੰ ਜਿੰਨੀ ਵੀ ਉਹਦੀ ਯੋਗਤਾ ਨਿਰਧਾਰਤ ਹੋਵੇਗੀ ਅਸਾਮੀ ਦੀ, ਉਹ ਯੋਗਤਾ ਉਹਦੀ ਪੂਰੀ ਉਸ ਵਿਅਕਤੀ ਦੇ ਪਾਸ ਹੋਣੀ ਚਾਹੀਦੀ ਆ। ਮੰਨ ਲਓ ਇੱਕ ਵਿਅਕਤੀ ਨੂੰ ਅਸੀਂ ਕਲਰਕ ਦੀ ਪੋਸਟ ਵਾਸਤੇ ਅਪੁਆਇੰਟਮੈਂਟ ਦੇਣੀ ਆ, ਯਾਨੀ ਕਿ ਕੰਸੀਡਰ ਕਰਦੇ ਆ ਵਿਚਾਰਿਆ ਜਾਣਾ, ਤਾਂ ਉਸ ਵਿਅਕਤੀ ਕੋਲ ਇੱਕ ਤਾਂ ਪਹਿਲੀ ਗੱਲ ਹੈ ਵੀ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਆ, ਅਤੇ ਇਸ ਤੋਂ ਇਲਾਵਾ 120 ਘੰਟੇ ਦਾ ਇਹਦੇ ਕੋਲ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ। ਅਤੇ ਇਸ ਤੋਂ ਇਲਾਵਾ ਇੱਕ ਸ਼ਰਤ ਹੋਰ ਹੁੰਦੀ ਹੈ ਵਿੱਦਿਅਕ ਯੋਗਤਾ ਦੇ ਵਿੱਚ, ਇੱਕ ਜਿਹੜੀ ਆ ਪੰਜਾਬੀ ਲੈਂਗੁਏਜ ਵੀ, ਜਿਹੜੀ ਪੰਜਾਬੀ ਲੈਂਗੁਏਜ ਆ ਉਹ ਇੱਕ ਵਿਸ਼ੇ ਦੇ ਤੌਰ 'ਤੇ ਪੜ੍ਹਨੀ ਚਾਹੀਦੀ ਆ 10ਵੀਂ ਤੱਕ ਜਾਂ ਫਿਰ 8ਵੀਂ ਤੱਕ ਜੇਕਰ ਉਹਨੂੰ ਗਰੁੱਪ ਡੀ ਦੀ ਪੋਸਟ ਦੇਣੀ ਆ, ਜੇਕਰ ਗਰੁੱਪ ਸੀ ਦੀ ਦੇਣੀ ਆ ਤਾਂ 10ਵੀਂ ਤੱਕ। ਪਰ ਦੋਸਤੋ ਇੱਥੇ ਇੱਕ ਹੋਰ ਵੀ ਸ਼ਰਤ ਦੇ ਵਿੱਚ ਛੋਟ ਹਾਸਲ ਆ, ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਕਰਮਚਾਰੀਆਂ ਉਹ ਜ਼ਰੂਰੀ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਹੀ ਵਾਸੀ ਹੋਣ। ਮੰਨ ਲਓ ਕੋਈ ਕਰਮਚਾਰੀ ਹਰਿਆਣੇ ਦਾ ਹੈ, ਕੋਈ ਹਿਮਾਚਲ ਦਾ ਵੀ ਹੈ, ਕੋਈ ਜੰਮੂ ਕਸ਼ਮੀਰ ਦਾ ਹੈ, ਜਾਂ ਕੋਈ ਯੂਪੀ ਦਾ ਵੀ ਆ, ਉੱਤਰਾਖੰਡ ਦੇ ਵੀ ਬਥੇਰੇ ਆ ਜੀ, ਬਿਹਾਰ ਦੇ ਕਾਫੀ ਜ਼ਿਆਦਾ ਆ। ਮੰਨ ਲਓ ਇੱਕ ਕਰਮਚਾਰੀ ਦੋਸਤੋ ਬਿਹਾਰ ਦਾ ਹੈ ਅਤੇ ਉਸ ਕਰਮਚਾਰੀ ਦੀ ਸਰਕਾਰੀ ਸੇਵਾ ਦੇ ਦੌਰਾਨ ਡੈਥ ਹੋ ਜਾਂਦੀ ਆ, ਤਾਂ ਨੈਚੁਰਲੀ ਆ ਵੀ ਜਿਹੜੀ ਜੋਬ ਆ ਉਹਦੇ ਬੱਚੇ ਨੂੰ ਦਿੱਤੀ ਜਾਊਗੀ। ਤਾਂ ਜ਼ਰੂਰੀ ਨਹੀਂ ਹੈਗੇ ਵੀ ਬੱਚੇ ਪੰਜਾਬ ਦੇ ਵਿੱਚ ਪੜ੍ਹੇ ਹੋਣਗੇ, ਮੰਨ ਲਓ ਬੱਚੇ ਬਿਹਾਰ ਦੇ ਵਿੱਚ ਪੜ੍ਹੇ ਹੋਏ ਆ 8ਵੀਂ ਜਾਂ 10ਵੀਂ, ਜਿੰਨੀ ਵੀ ਉਹਦੀ ਵਿੱਦਿਅਕ ਯੋਗਤਾ ਜਿਹੜੀ ਵੀ ਅਸੀਂ ਉਹਨੂੰ ਜੋਬ ਔਫਰ ਦੇਣੀ ਆ, ਤਾਂ ਪੰਜਾਬ ਸਰਕਾਰ ਕਹਿੰਦੀ ਹੈ ਵੀ ਜੇਕਰ ਅਸੀਂ ਉਹਨੂੰ ਪੋਸਟ ਦੇਣੀ ਆ ਤਾਂ ਉਹਨੂੰ ਜਿਹੜੀ ਪੰਜਾਬੀ ਲੈਂਗੁਏਜ ਦੇ ਤੌਰ 'ਤੇ, ਪੰਜਾਬੀ ਆ ਜਿਹੜੀ ਇੱਕ ਵਿਸ਼ੇ ਦੇ ਤੌਰ 'ਤੇ ਜ਼ਰੂਰੀ ਤੌਰ 'ਤੇ ਪੜ੍ਹੀ ਵੀ ਹੋਣੀ ਚਾਹੀਦੀ ਉਹਨੇ, ਪਰ ਉਸ ਵਿਅਕਤੀ ਨੇ ਤਾਂ ਪੜ੍ਹੀ ਵੀ ਨਹੀਂ ਹੈਗੀ। ਤਾਂ ਫਿਰ ਅਸੀਂ ਕੀ ਕਰਦੇ ਹਾਂ, ਉਹਨੂੰ ਛੋਟ ਦੇ ਦਿੰਦੇ ਹਾਂ, ਉਹਨੂੰ ਅਸੀਂ ਨਿਯੁਕਤੀ ਪੱਤਰ ਜਾਰੀ ਕਰ ਦਿਆਂਗੇ, ਯਾਨੀ ਕਿ ਉਹਨੂੰ ਜੋਬ ਦੇਵਾਂਗੇ ਅਤੇ ਨਾਲ ਦੀ ਨਾਲ ਉਹਦੇ ਉੱਤੇ ਸ਼ਰਤ ਲਗਾ ਦਿਆਂਗੇ ਕਿ ਉਹਨੇ ਮਿੱਥੇ ਸਮੇਂ ਦੇ ਵਿੱਚ ਇੱਕ ਪੰਜਾਬੀ ਲੈਂਗੁਏਜ ਦਾ ਜਿਹੜਾ ਇੱਕ ਵਿਸ਼ਾ ਹੈ ਉਹਨੂੰ ਜਿਹੜਾ ਉਹਨੇ ਪਾਸ ਕਰਨਾ ਹੋਵੇਗਾ। ਤਾਂ ਅਸੀਂ ਉਹਦੇ ਉੱਤੇ ਇੱਕ ਸ਼ਰਤ ਲਗਾ ਕੇ ਪੰਜਾਬੀ ਲੈਂਗੁਏਜ ਦੀ ਉਹਨੂੰ ਅਸੀਂ ਨਿਯੁਕਤੀ ਪੱਤਰ ਜਾਰੀ ਕਰ ਸਕਦੇ ਹਾਂ। ਵਿੱਦਿਅਕ ਯੋਗਤਾ ਦੇ ਵਿੱਚ ਛੋਟ ਹਾਸਲ ਆ ਜੀ, ਜੇਕਰ ਅਸੀਂ ਕਿਸੇ ਵਿਅਕਤੀ ਨੂੰ, ਕਿਸੇ ਅੰਨੇ ਵਿਅਕਤੀ ਨੂੰ ਨੌਕਰੀ ਦੇਣੀ ਆ, ਜਾਂ ਕਿਸੇ ਵਿਧਵਾ ਔਰਤ ਨੂੰ ਦੇਣੀ ਆ, ਜਾਂ ਕਿਸੇ ਵਿਅਕਤੀ ਨੂੰ ਅਸੀਂ ਨੌਕਰੀ ਆ ਜਿਹੜੀ ਸਫਾਈ ਸੇਵਕ ਦੀ ਅਸਾਮੀ ਲਈ ਦੇ ਰਹੇ ਹਾਂ, ਯਾਨੀ ਕਿ ਅਸੀਂ ਕਿਸੇ ਵਿਅਕਤੀ ਨੂੰ ਸਰਕਾਰੀ ਸੇਵਾ ਦੇ ਵਿੱਚ ਨੌਕਰੀ ਦੇਣੀ ਹੈ ਅਤੇ ਉਹ ਅਨਪੜ੍ਹ ਆ, ਤਾਂ ਅਸੀਂ ਉਹਨੂੰ ਸਰਕਾਰੀ ਸੇਵਾ ਦੇ ਵਿੱਚ ਜਦੋਂ ਨੌਕਰੀ ਦੇਣੀ ਹੈ ਤਾਂ ਉਹਨੂੰ ਜਿਹੜੀ ਨੌਕਰੀ ਦੇਣੀ ਅਸੀਂ ਸਫਾਈ ਸੇਵਕ ਦੀ ਅਸਾਮੀ ਵਾਸਤੇ ਦੇਵਾਂਗੇ ਜੀ। ਜਾਂ ਫਿਰ ਜੇਕਰ ਕੋਈ ਵਿਅਕਤੀ ਅੱਤਵਾਦੀ ਹਮਲੇ ਦਾ ਪ੍ਰਭਾਵਿਤ ਆ ਤਾਂ ਜਦੋਂ ਉਹਨੂੰ ਅਸੀਂ ਨੌਕਰੀ ਦੇਣੀ ਹੈ ਤਾਂ ਅਸੀਂ ਜਿਹੜੀ ਵਿੱਦਿਅਕ ਯੋਗਤਾ ਉਹ ਤੋਂ ਛੋਟ ਹਾਸਲ ਆ ਉਹਨਾਂ ਇਹਨਾਂ ਵਿਅਕਤੀਆਂ ਨੂੰ। ਪਰ ਜਿਹੜੀ ਨੌਕਰੀ ਹੈ ਇਹ ਜਿਹੜੇ ਵਿਅਕਤੀ ਦੱਸਿਆ ਮੈਂ, ਇਹਨਾਂ ਨੌਕਰੀਆਂ ਸਿਰਫ ਨੌਕਰੀ ਹੈ ਜਿਹੜੀ ਇਹਨੂੰ ਗਰੁੱਪ ਡੀ ਦੀ ਹੀ ਨੌਕਰੀ ਦਿੱਤੀ ਜਾਵੇਗੀ, ਗਰੁੱਪ ਸੀ ਦੀ ਅਸੀਂ ਇਹਨਾਂ ਨੂੰ ਕਦੇ ਵੀ ਪੋਸਟ ਨਹੀਂ ਦੇਵਾਂਗੇ। 2002 ਦੀਆਂ ਹਦਾਇਤਾਂ ਦੇ ਵਿੱਚ ਦੋਸਤੋ ਸਰਕਾਰ ਨੇ ਇੱਕ 5% ਦੀ ਕੈਪ ਇੰਪੋਜ਼ ਕੀਤੀ ਸੀ, ਯਾਨੀ ਕਿ ਇੱਕ 5% ਦੀ ਸ਼ਰਤ ਲਾਗੂ ਕੀਤੀ ਸੀ ਵੀ ਸਿੱਧੀ ਭਰਤੀ ਦਾ ਸਿਰਫ 5% ਕੋਟੇ ਦੀਆਂ ਹੀ ਭਰਤੀਆਂ ਜਿਹੜੀਆਂ ਤਰਸ ਦੇ ਆਧਾਰ ਉੱਤੇ ਕੀਤੀਆਂ ਜਾ ਸਕਦੀਆਂ, ਇਹ ਤੋਂ ਜ਼ਿਆਦਾ ਨਹੀਂ। ਮੰਨ ਲਓ ਦੋਸਤੋ ਇੱਕ ਵਿਭਾਗ ਦੇ ਵਿੱਚ 100 ਪੋਸਟਾਂ ਜਿਹੜੀਆਂ ਸਿੱਧੀ ਭਰਤੀ ਦੀਆਂ, ਤਾਂ ਉਹਦੇ ਵਿੱਚੋਂ ਅਸੀਂ ਜਿਹੜੀਆਂ 5 ਪੋਸਟਾਂ ਸਿਰਫ ਉਹੀ ਪੋਸਟਾਂ ਜਿਹੜੀਆਂ ਤਰਸ ਦੇ ਆਧਾਰ ਉੱਤੇ
ਕਰ ਸਕਦੇ ਹਾਂ, ਇਹ ਤੋਂ ਜ਼ਿਆਦਾ ਨਹੀਂ ਸੀ ਕਰ ਸਕਦੇ। ਪਰ ਇਹ ਤੋਂ ਬਾਅਦ ਵਿੱਚ ਸਰਕਾਰ ਨੇ ਜਿਹੜੀ ਇਹ 5% ਦੀ ਸ਼ਰਤ ਆ ਇਹ ਖਤਮ ਕਰ ਦਿੱਤੀ ਆ। ਇਸ ਤੋਂ ਭਾਵ ਆ ਜੇਕਰ 100 ਸੀਟਾਂ ਇਹ ਸਿੱਧੀ ਭਰਤੀ ਦੀਆਂ ਤਾਂ ਅਸੀਂ 100 ਦੀਆਂ 100 ਇਹ ਤਰਸ ਦੇ ਆਧਾਰ ਉੱਤੇ ਭਰ ਸਕਦੇ ਹਾਂ। ਇਹ ਸ਼ਰਤ ਕਿਉਂ ਤੋੜੀ ਗਈ ਆ ਜੀ 5% ਵਾਲੀ? ਕਿਉਂਕਿ 5% ਦੀ ਸ਼ਰਤ ਲਾਗੂ ਕਰਨ ਨਾਲ ਵਿਭਾਗਾਂ ਦੇ ਵਿੱਚ ਇੱਕ ਵੇਟਿੰਗ ਲਿਸਟ ਬਣ ਗਈ ਸੀ, ਕਿਉਂਕਿ ਸਰਕਾਰੀ ਕਰਮਚਾਰੀਆਂ ਦੇ ਜਿਹੜੇ ਡੈਥ ਕੇਸ ਸੀ ਉਹਨਾਂ ਦੇ ਵਿੱਚ ਜਦੋਂ ਨੌਕਰੀ ਦੇਣੀ ਸੀ, ਜਦੋਂ 5% ਦਾ ਕੈਪ ਰੱਖੀ ਗਈ ਤਾਂ ਉਸ ਸਮੇਂ ਇੱਕ ਨਾ ਵੇਟਿੰਗ ਲਿਸਟ ਬਣ ਗਈ ਸੀ। ਵੇਟਿੰਗ ਲਿਸਟ ਕਰਕੇ ਜਿਹੜੇ, ਕਿਉਂਕਿ ਜਿਹੜੀ ਸਰਕਾਰੀ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਂਦੀ ਹੈ, ਇਸ ਕਰਕੇ ਦਿੱਤੀ ਜਾਂਦੀ ਆ ਤਾਂ ਕਿ ਜਿਹੜੇ ਫੈਮਿਲੀ ਦੇ ਹਾਲਾਤ ਆ ਬਹੁਤ ਜ਼ਿਆਦਾ ਤਰਸਯੋਗ ਨਾ ਬਣ ਜਾਣ, ਠੀਕ ਆ ਜੀ। ਤਾਂ ਉਸ ਕਰਕੇ ਜਿਹੜੀ ਪੰਜ ਉਹ ਉਹਦੇ ਨਾਲ ਕੀ ਹੁੰਦਾ ਸੀ, ਇੱਕ ਵੇਟਿੰਗ ਲਿਸਟ ਬਣ ਗਈ ਸੀ ਅਤੇ ਬਹੁਤ ਜ਼ਿਆਦਾ ਵਿਅਕਤੀ ਆ ਜਿਹੜੇ ਉਹ ਵੇਟਿੰਗ ਲਿਸਟ ਵਿੱਚ ਪੈ ਗਏ ਸੀ। ਤਾਂ ਫਿਰ ਸਰਕਾਰ ਆ ਜਿਹੜੀ ਸਿੱਧੀ ਭਰਤੀ ਦਾ ਦਿਲ ਕਰ ਨਹੀਂ ਸੀ ਰਹੀ, ਤਾਂ ਉਸ ਸਮੇਂ ਸਰਕਾਰ ਨੇ ਜਿਹੜੀ 5% ਦੀ ਸ਼ਰਤ ਤੋੜਤੀ। ਉਸ ਕਰਕੇ ਜਿਹੜੇ ਵੀ ਕਿਸੇ ਵੀ ਸਮੇਂ ਵਿਅਕਤੀ ਅਸੀਂ ਉਹਨਾਂ ਨੂੰ ਸਿੱਧੀ ਭਰਤੀ ਦਾ ਜਿੰਨਾ ਵੀ ਕੋਟਾ ਪਿਆ ਅਸੀਂ ਉਨੇ ਕੋਟੇ ਦੇ ਵਿੱਚੋਂ ਪੂਰੀ ਦੀ ਪੂਰੀ ਜਿੰਨੇ ਵੀ ਕੋਟਾ ਪਿਆ ਉਹਦੇ ਵਿੱਚੋਂ ਕਰ ਸਕਦੇ ਹਾਂ। ਇਸੇ ਤਰ੍ਹਾਂ ਦੋਸਤੋ ਮੰਨ ਲਓ ਇੱਕ ਵਿਭਾਗ ਦੇ ਵਿੱਚ 50 ਪੋਸਟਾਂ ਸਿੱਧੀ ਭਰਤੀ ਦੀਆਂ, ਕਿਸੇ ਵੀ ਰੈਂਕ ਦੀਆਂ ਲਾ ਲਓ, ਕੋਈ ਨਹੀਂ ਰੈਂਕ ਦਾ ਕੋਈ ਫਰਕ ਹੀ ਨਹੀਂ ਪੈਣਾ ਹੈਗਾ ਜੀ ਇੱਥੇ, ਠੀਕ ਹੈ ਜੀ। 50 ਪੋਸਟਾਂ ਹੀ, ਅਤੇ ਉਸ 50 ਪੋਸਟਾਂ ਦੇ ਵਿੱਚ 50 ਬੰਦੇ ਹੀ ਲੱਗੇ ਹੋਏ ਆ, ਠੀਕ ਹੈ ਜੀ। 50 ਬੰਦੇ ਉਹ ਲੱਗੇ ਆ ਤਾਂ ਫਿਰ ਕੀ ਕਰਾਂਗੇ? ਕਿਉਂਕਿ ਸਾਡੇ ਕੋਲ ਇੱਕ ਕੇਸ ਆਇਆ ਵੀ ਅਸੀਂ ਉਹਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੇਣੀ ਆ, ਤਾਂ ਕੀ ਅਸੀਂ ਉਹਨੂੰ ਨੌਕਰੀ ਤੋਂ ਦੇਣ ਤੋਂ ਮਨਾ ਕਰਾਂਗੇ? ਨਹੀਂ ਦੋਸਤੋ, ਤਾਂ ਅਸੀਂ ਜਿਹੜੀ ਉਸ ਵਿਅਕਤੀ ਦੀ ਜਿਹੜੀ ਐਪਲੀਕੇਸ਼ਨ ਲਵਾਂਗੇ ਅਤੇ ਜਿੰਨੇ ਵੀ ਜਿਹੜੇ ਡਾਕੂਮੈਂਟ ਪੂਰੇ ਕਰਕੇ ਉਹ ਅਸੀਂ ਸਰਕਾਰ ਕੋਲ ਭੇਜ ਦਾਂਗੇ, ਅਤੇ ਸਰਕਾਰ ਆ ਜਿਹੜੀ ਉਹਨੂੰ ਰੀਡਿਪਲਾਈਮੈਂਟ ਸੈੱਲ ਕੋਲ ਭੇਜ ਦੇਵੇਗੀ, ਅਤੇ ਤਾਂ ਕਿ ਜੋ ਸਰਕਾਰ ਆ ਜਿਹੜੀ ਉਸ ਵਿਅਕਤੀ ਨੂੰ ਕਿਸੇ ਹੋਰ ਵਿਭਾਗ ਦੇ ਵਿੱਚ ਨੌਕਰੀ ਦੇ ਸਕੇ। ਜੇਕਰ ਦੋਸਤੋ ਕਿਸੇ ਸਰਕਾਰੀ ਕਰਮਚਾਰੀ ਦੀ ਡੈਥ ਹੋਈ ਹੈ ਅਤੇ ਉਹ ਤੋਂ ਬਾਅਦ ਜਿਹੜੀ ਜੋਬ ਆ ਉਹਦੀ ਘਰਵਾਲੀ ਨੂੰ ਮਿਲ ਗਈ, ਤਾਂ ਜਿਹੜੀ ਉਹਦੀ ਘਰਵਾਲੀ ਆ ਜੋਬ ਹਾਸਲ ਕਰਨ ਤੋਂ ਬਾਅਦ ਦੁਬਾਰਾ ਵਿਆਹ ਕਰਵਾ ਸਕਦੀ ਆ। ਇਹ ਵੀ 2002 ਦੇ ਹਦਾਇਤਾਂ ਦੇ ਵਿੱਚ ਸਰਕਾਰ ਵੱਲੋਂ ਮੈਨਸ਼ਨ ਕੀਤਾ ਗਿਆ ਸੀ। ਅਤੇ ਜਿਹੜੀਆਂ 2002 ਦੀਆਂ ਹਦਾਇਤਾਂ ਦੋਸਤੋ ਇਹ ਮੈਂ ਵੀਡੀਓ ਦੇ ਲਿੰਕ ਵਿੱਚ ਦੇ ਦਿਆਂਗਾ, ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਤੁਸੀਂ ਇੱਥੋਂ ਪ੍ਰੋਪਰ ਤੌਰ 'ਤੇ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਡਾਊਟ ਨਾ ਰਹੇ। ਕਈ ਵਾਰ ਦੋਸਤੋ ਕੋਈ ਸਰਕਾਰੀ ਕਰਮਚਾਰੀ ਲਾਪਤਾ ਹੋ ਜਾਂਦਾ ਹੈ ਅਤੇ ਲਾਪਤਾ ਹੋਣ ਤੋਂ ਬਾਅਦ ਨਹੀਂ ਵੀ ਲੱਭਦਾ ਹੈਗਾ, ਤਾਂ ਇਸ ਕੇਸ ਦੇ ਵਿੱਚ ਜਿਹੜੀ ਨੌਕਰੀ ਆ ਤਰਸ ਦੇ ਆਧਾਰ 'ਤੇ ਦਿੱਤੀ ਜਾ ਸਕਦੀ ਆ, ਪਰ ਉਹ ਦਿੱਤੀ ਜਾਵੇਗੀ 7 ਸਾਲ ਦੇ ਬਾਅਦ ਵਿੱਚ, ਅਤੇ ਉਹ ਵੀ ਤਾਂ ਮਿਲੇਗੀ ਕੁਝ ਸ਼ਰਤਾਂ ਦੇ ਅਧੀਨ, ਠੀਕ ਹੈ ਜੀ। ਅਤੇ ਜਿਹੜੇ ਉਹਦੇ ਹੋਰ ਬੈਨੀਫਿਟ ਹੁੰਦੇ ਜਿਵੇਂ ਗ੍ਰੈਜੂਟੀ ਹੋ ਗਈ ਜਾਂ ਲੀਵ ਇਨਕੈਸ਼ਮੈਂਟ ਹੋ ਗਿਆ, ਇਹ ਸਾਰੇ ਪਰਿਵਾਰ ਨੂੰ ਦਿੱਤੇ ਜਾ ਸਕਦੇ ਆ, ਪਰ ਦਿੱਤੇ ਜਾ ਸਕਦੇ ਆ 1 ਸਾਲ ਬਾਅਦ ਉਸ ਵਿਅਕਤੀ ਲਈ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ FIR ਦਰਜ ਕਰਵਾ ਤੀ। FIR ਦਰਜ ਕਰਵਾਉਣ ਦੀ ਮਿਤੀ ਤੋਂ 1 ਸਾਲ ਦੇ ਬਾਅਦ ਅਸੀਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਜਿੰਨੇ ਵੀ ਜੋ ਵੀ ਬੈਨੀਫਿਟ ਆ ਦੇ ਸਕਦੇ ਹਾਂ, ਪਰ ਜਿਹੜੀ ਅਸੀਂ ਨੌਕਰੀ ਦੇਣੀ ਆ ਉਹ 7 ਸਾਲ ਦੇ ਬਾਅਦ ਦੇਣੀ ਆ, ਅਤੇ 7 ਸਾਲ ਅਸੀਂ ਅਤੇ ਇਹਦੇ ਵਾਸਤੇ ਇੱਕ ਪਹਿਲਾਂ ਤਾਂ FIR ਦਰਜ ਹੋਣੀ ਚਾਹੀਦੀ ਆ, ਅਤੇ ਜਿਹੜਾ ਲਾਪਤਾ ਵਿਅਕਤੀ ਆ ਉਹ ਲੱਭਿਆ ਨਾ ਗਿਆ ਹੋਵੇ, ਅਤੇ ਜਿਹੜਾ ਸਮਰੱਥ ਅਧਿਕਾਰੀ ਆ ਜਾਣੀ ਕਿ ਨਿਯੁਕਤੀ ਅਧਿਕਾਰੀ ਆ ਜੋ ਵੀ ਸਮਰੱਥ ਅਧਿਕਾਰੀ ਹੋਵੇਗਾ, ਅਤੇ ਉਹਨੂੰ ਤਸਦੀਕ ਕਰੇ ਵੀ ਜਿਹੜਾ ਕੇਸ ਆ ਇਹ ਅਸਲ ਦੇ ਵਿੱਚ ਸਹੀ ਆ। ਲਾਪਤਾ ਹੋਣ ਦੀ ਸੂਰਤ ਦੇ ਵਿੱਚ ਜਿਹੜੇ ਤਰਸ ਦੇ ਆਧਾਰ 'ਤੇ ਨੌਕਰੀ ਐਸੀ ਫੈਮਿਲੀ ਨੂੰ ਨਹੀਂ ਦਿੱਤੀ ਜਾਊਗੀ ਜਿਸ ਸਰਕਾਰੀ ਕਰਮਚਾਰੀ ਦੇ ਜਿਹੜੇ ਰਿਟਾਇਰ ਹੋਣ ਦੇ 7 ਸਾਲ ਤੋਂ ਘੱਟ ਸਮਾਂ ਬਾਕੀ ਰਹਿੰਦਾ ਹੋਵੇ, ਜਾਂ ਫਿਰ ਸਮਰੱਥ ਅਧਿਕਾਰੀ ਨੂੰ ਇਹ ਸਮਰੱਥ ਅਧਿਕਾਰੀ ਦੇ ਨੌਲੇਜ ਵਿੱਚ ਹੋਵੇ ਵੀ ਜਿਹੜਾ ਕਰਮਚਾਰੀ ਆ ਉਹ ਕੋਈ ਫਰੋਡ ਕਰ ਰਿਹਾ ਹੈ, ਜਾਂ ਫਿਰ ਜਿਹੜਾ ਕਰਮਚਾਰੀ ਆ ਉਹਦੇ ਉੱਤੇ ਸ਼ੱਕ ਹੋਵੇ ਵੀ ਉਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਆ, ਜਾਂ ਫਿਰ
ਇਹ ਸ਼ੱਕ ਹੋਵੇ ਜਾਂ ਫਿਰ ਇਹ ਸ਼ੱਕ ਹੋਵੇ ਕਿ ਉਹ ਕਰਮਚਾਰੀ ਹੈ ਜਿਹੜਾ ਵਿਦੇਸ਼ ਵਿੱਚ ਚਲੇ ਗਿਆ। ਲਾਪਤਾ ਹੋਣ ਦੀ ਸੂਰਤ ਦੇ ਵਿੱਚ ਜਿਹੜੀ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਂਦੀ ਆ, ਇਹ ਇੱਕ ਹੱਕ ਨਹੀਂ ਹੈਗਾ। ਅਤੇ ਇਸ ਤੋਂ ਇਲਾਵਾ ਅਤੇ ਜਿਹੜੀਆਂ ਵੀ ਸ਼ਰਤਾਂ ਹੁੰਦੀਆਂ ਉਹ ਸਾਰੀਆਂ ਪੂਰੀਆਂ ਕਰਨੀਆਂ ਹੁੰਦੀਆਂ। ਅਤੇ ਇੱਕ ਪੁਲਿਸ ਵੱਲੋਂ ਸਰਟੀਫਿਕੇਟ ਵੀ, ਜਦੋਂ ਅਸੀਂ ਇਹਨੂੰ ਵਿਚਾਰਿਆ ਜਾਣਾ ਹੁੰਦਾ ਤਾਂ ਪੁਲਿਸ ਤੋਂ ਇੱਕ ਸਰਟੀਫਿਕੇਟ ਹਾਸਲ ਕਰਨਾ ਹੁੰਦਾ ਕਿ ਜਿਹੜਾ ਕਰਮਚਾਰੀ ਆ ਉਹ ਸਾਨੂੰ ਕਿਤੇ ਵੀ ਲਾਪਤਾ ਕਰਮਚਾਰੀ ਕਿਤੇ ਵੀ ਟਰੇਸੇਬਲ ਨਹੀਂ ਹੈਗਾ। ਅਤੇ ਇਸ ਤੋਂ ਇਲਾਵਾ ਜਿਹੜੀ ਵੀ ਨੌਕਰੀ ਦਿੱਤੀ ਜਾਣੀ ਆ ਉਹ ਪਰਸੋਨਲ ਡਿਪਾਰਟਮੈਂਟ ਵੱਲੋਂ ਦਿੱਤੀ ਜਾਵੇਗੀ, ਜਾਣੀ ਕਿ ਪਰਸੋਨਲ ਵਿਭਾਗ ਨੇ ਦਿੱਤੀ ਜਾਣੀ ਆ। ਸਮਰੱਥ ਜਾਣੀ ਕਿ ਜਿਹੜਾ ਵਿਭਾਗ ਦਾ ਮੁਖੀ ਆ ਉਹ ਨਹੀਂ ਦੇ ਸਕਦਾ ਆਪਣੇ ਪੱਧਰ 'ਤੇ, ਲਾਪਤਾ ਕੇਸ ਦੇ ਵਿੱਚ ਜਿਹੜੀ ਨੌਕਰੀ ਨਹੀਂ ਦੇ ਸਕਦਾ। ਤਰਸ ਦੇ ਆਧਾਰ 'ਤੇ ਦੋਸਤੋ ਜਿਹੜੀ ਨੌਕਰੀ ਇਸ ਕਰਕੇ ਦਿੱਤੀ ਜਾਂਦੀ ਕਿ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਖਰਾਬ ਆ, ਤਰਸਯੋਗ ਆ, ਅਤੇ ਉਸ ਕੋਲ ਇੰਨੀ ਤਾਕਤ ਨਹੀਂ ਹੈਗੀ ਕਿ ਉਹ ਵਿੱਤੀ ਤੌਰ 'ਤੇ ਸਰਵਾਈਵ ਕਰ ਸਕਣ। ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੋਈ ਜਿਹੜਾ ਕਮਾਊ ਮੈਂਬਰ ਨਹੀਂ ਹੈਗਾ, ਅਤੇ ਉਸ ਕਰਮਚਾਰੀ ਦੀ ਡੈਥ ਤੋਂ ਬਾਅਦ ਜਿਹੜੇ ਉਸ ਪਰਿਵਾਰ ਦੇ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਜਾਂ ਹੋ ਜਾਣਗੇ, ਭਵਿੱਖ ਦੇ ਵਿੱਚ ਉਹਨਾਂ ਦੇ ਜਿਹੜੇ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਜਾਣਗੇ। ਅਤੇ ਇਸ ਤਰ੍ਹਾਂ ਸਰਕਾਰ ਨੇ ਇੱਕ ਟਾਈਮ ਬਾਉਂਡ ਕੀਤਾ ਹੈ ਕਿ ਜਿਸ ਵੀ ਕਰਮਚਾਰੀ ਦੀ ਡੈਥ ਹੁੰਦੀ ਆ ਤਾਂ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਉਸ ਵਿਭਾਗ ਨੇ ਜਿਹੜੀ ਉਸ ਪਰਿਵਾਰਕ ਮੈਂਬਰਾਂ ਤੋਂ ਜਿਹੜੀ ਆ ਐਪਲੀਕੇਸ਼ਨ ਲੈਣੀ ਹੁੰਦੀ ਆ, ਅਤੇ 1 ਸਾਲ ਦੇ ਅੰਦਰ ਅੰਦਰ ਨੌਕਰੀ ਦੇਣੀ ਹੁੰਦੀ ਆ। ਅਤੇ ਜਿਹੜੀ ਇਹਦੀ ਟੋਟਲ ਜ਼ਿੰਮੇਵਾਰੀ ਆ ਉਸ ਕਰਮਚਾਰੀ ਦੇ ਮੈਂਬਰਾਂ ਨੂੰ ਨੌਕਰੀ ਦੇਣ ਦੀ ਪੂਰੀ ਟੋਟਲ ਜ਼ਿੰਮੇਵਾਰੀ ਆ ਉਹ 1 ਵਿਭਾਗ ਦੀ ਹੁੰਦੀ ਆ, ਨਾ ਕਿ ਉਸ ਪਰਿਵਾਰ ਦੇ ਮੈਂਬਰਾਂ ਦੀ। ਦੋਸਤੋ 2002 ਦੀਆਂ ਹਦਾਇਤਾਂ ਦੇ ਵਿੱਚ ਸਰਕਾਰ ਨੇ ਸਪਸ਼ਟ ਤੌਰ 'ਤੇ ਲਿਖਿਆ ਹੈ ਵੀ ਜਦੋਂ ਵੀ ਕਿਸੇ ਕਰਮਚਾਰੀ ਦੀ ਡੈਥ ਹੁੰਦੀ ਆ, ਠੀਕ ਹੈ, ਤਾਂ ਦਫ਼ਤਰ ਦਾ ਜਿਹੜਾ ਮੁਖੀ ਹੁੰਦਾ ਹੈ ਤਾਂ ਉਸ ਮੁਖੀ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਆ। ਉਸ ਦਫ਼ਤਰ ਦੇ ਮੁਖੀ ਦੀ ਜ਼ਿੰਮੇਵਾਰੀ 2002 ਦੀਆਂ ਹਦਾਇਤਾਂ ਦੇ ਵਿੱਚ ਫਿਕਸ ਕੀਤੀ ਗਈ ਆ ਕਿ ਜਦੋਂ ਵੀ ਕਿਸੇ ਕਰਮਚਾਰੀ ਦੀ ਡੈਥ ਹੁੰਦੀ ਆ ਤਾਂ ਉਹ ਕਿਸੇ ਸੀਨੀਅਰ ਅਧਿਕਾਰੀ ਦੀ ਜਿਹੜੀ ਆ ਡਿਊਟੀ ਲਾਵੇ, ਉਸ ਸੀਨੀਅਰ ਅਧਿਕਾਰੀ ਨੂੰ ਡਿਊਟੀ ਸੌਂਪੇ ਕਿ ਉਸ ਪਰਿਵਾਰਕ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਮਿਲਿਆ ਜਾਵੇ ਤਾਂ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਜਿਹੜੀ ਤਰਸ ਦੇ ਆਧਾਰ ਉੱਤੇ ਜਿਹੜੀ ਨੌਕਰੀ ਦਿੱਤੀ ਜਾਣੀ ਆ ਇਹਦੇ ਕੀ ਕਾਇਦੇ ਆ, ਕੀ ਕਾਨੂੰਨ ਆ, ਕਿ ਤੁਸੀਂ ਕਿਵੇਂ ਉਸ ਨੌਕਰੀ ਨੂੰ ਹਾਸਲ ਕਰ ਸਕਦੇ ਆ। ਅਤੇ ਉਸ ਦਫ਼ਤਰ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਜਿੰਨੇ ਵੀ ਉਹਦੇ ਡਾਕੂਮੈਂਟ ਹੁੰਦੇ ਆ ਉਹ ਸਾਰੇ ਉਹਨਾਂ ਵੱਲੋਂ ਤਿਆਰ ਕਰਵਾਏ ਜਾਣੇ ਆ। ਅਤੇ ਜਿਹੜੀ 6 ਮਹੀਨੇ ਦੇ ਅੰਦਰ ਅੰਦਰ ਆ ਜਿਹੜੀ ਇਹ, ਜਾਣੀ ਕਿ 6 ਮਹੀਨੇ ਦੇ ਅੰਦਰ ਅੰਦਰ ਉਸ ਪਰਿਵਾਰ ਵੱਲੋਂ ਐਪਲੀਕੇਸ਼ਨ ਆ ਦਿੱਤੀ ਜਾਣੀ ਚਾਹੀਦੀ ਹੈ, ਜਾਣੀ ਕਿ ਪਰਿਵਾਰ ਵੱਲੋਂ ਨਹੀਂ ਦਿੱਤੀ ਜਾਣੀ, ਇਹ ਹਾਸਲ ਕਰਨ ਦੀ ਜ਼ਿੰਮੇਵਾਰੀ ਉਸ ਦਫ਼ਤਰ ਦੇ ਮੁਖੀ ਦੀ ਆ। ਕਿਉਂਕਿ ਪਰਿਵਾਰ ਨੂੰ ਸਾਡੇ ਵੀ ਹੁਣ ਸਾਡੇ ਵੀ ਪਰਿਵਾਰ ਆ ਜੀ, ਸਾਡੇ ਪਰਿਵਾਰਾਂ ਨੂੰ ਕਿਹੜੇ ਪਤਾ ਹੋਵੇਗਾ, ਤਾਂ ਹੀ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸਾਡੇ ਨਾਲੋਂ ਸਾਡੇ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਨੂੰ ਇਹ ਬੈਨੀਫਿਟ ਮਿਲਣ ਯੋਗ ਆ ਜਾਂ ਨਹੀਂ ਮਿਲਣ ਯੋਗ ਹੈਗੇ, ਵੀ ਕੀ ਕਦੋਂ ਆ। ਅਤੇ ਇਸੇ ਤਰ੍ਹਾਂ ਹੀ ਜਿਹੜੇ ਇਸ ਸਮੇਂ ਜਿਹੜੀ 2002 ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਪਾਈ ਆ ਉਹ ਦਫ਼ਤਰ ਦੇ ਮੁਖੀ ਉੱਤੇ ਪਾਈ ਆ ਵੀ ਜਿਹੜੀ 6 ਮਹੀਨੇ ਦੇ ਅੰਦਰ ਅੰਦਰ ਆ ਉਸ ਪਰਿਵਾਰ ਨੂੰ ਮਿਲਿਆ ਜਾਵੇ ਅਤੇ ਉਹਨਾਂ ਪਰਿਵਾਰ ਨੂੰ ਦੱਸਿਆ ਜਾਵੇ ਕਿ ਕਿਵੇਂ ਉਹਨਾਂ ਨੂੰ ਸਰਕਾਰੀ ਨੌਕਰੀ ਆ ਜਿਹੜੀ ਤਰਸ ਦੇ ਆਧਾਰ ਉੱਤੇ ਹਾਸਲ ਕਰਨੀ ਆ ਅਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ। ਅਤੇ ਜਿੰਨੀ ਜਲਦੀ ਹੋ ਸਕੇ ਵੈਰੀ ਫਾਸਟ ਸਟੇਜ ਐਂਡ ਐਡਵਾਈਜ ਵੀ ਉਹਨਾਂ ਨੂੰ ਸਲਾਹ ਦਿੱਤੀ ਜਾਵੇ ਵੀ ਕੀ ਰਿਕੁਆਇਰਮੈਂਟ ਆ ਅਤੇ ਕੀ ਫੋਰਮੈਲਿਟੀਆਂ ਉਹਨਾਂ ਨੇ ਪੂਰੀਆਂ ਕਰਨੀਆਂ ਅਤੇ ਉਹਨਾਂ 6 ਮਹੀਨੇ ਦੇ ਵਿੱਚ ਜਿਹੜੀ ਆ ਉਹਨਾਂ ਨੇ ਐਪਲੀਕੇਸ਼ਨ ਹਰ ਹਾਲਤ ਦੇ ਵਿੱਚ ਹਾਸਲ ਕਰਨੀ ਆ। ਇਹ ਦਫ਼ਤਰ ਦੇ ਮੁਖੀ ਦੀ ਜ਼ਿੰਮੇਵਾਰੀ ਆ, ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ। ਸਰਕਾਰ ਨੇ ਆਪਣੇ ਹਦਾਇਤਾਂ ਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਕਰਮਚਾਰੀ ਆ ਇਹ ਡਿਪੈਂਡੈਂਟ ਮੈਂਬਰ ਆਫ ਦੀ ਫੈਮਿਲੀ
ਆਫ ਡਿਸੀਜੀ ਗਵਰਨਮੈਂਟ ਅਪਲਾਈ ਹੂ ਡਾਈ ਇਨ ਹਾਰਨੈਸ ਹੂ ਡਾਈਜ ਇਨ ਹਾਰਨੈਸ ਇਨਕਲੂਡਿੰਗ ਡੈਥ ਬਾਏ ਸੁਸਾਈਡ, ਵੀ ਜੇਕਰ ਉਸ ਕਰਮਚਾਰੀ ਨੇ ਆਤਮ ਹੱਤਿਆ ਕੀਤੀ ਹੈ ਤਾਂ ਵੀ ਉਸ ਕਰਮਚਾਰੀ ਦੇ ਫੈਮਿਲੀ ਮੈਂਬਰਾਂ ਨੂੰ ਜਿਹੜੀ ਆ ਤਰਸ ਦੇ ਆਧਾਰ ਉੱਤੇ ਨੌਕਰੀ ਪ੍ਰਾਪਤ ਹੋਵੇਗੀ। ਤਰਸ ਦੇ ਆਧਾਰ ਉੱਤੇ ਦੋਸਤੋ, ਜਦੋਂ ਇੱਕ ਵਿਅਕਤੀ ਨੂੰ ਜੋਬ ਮਿਲ ਜਾਂਦੀ ਆ, ਮੰਨ ਲਓ ਕਿਸੇ ਵਿਅਕਤੀ ਨੂੰ ਜੋਬ ਦੇ ਦਿੱਤੀ ਆ, ਮੰਨ ਲਓ ਅਸੀਂ ਉਹਨੂੰ ਗਰੁੱਪ ਡੀ ਦੀ ਪੋਸਟ ਦਿੱਤੀ ਆ, ਕੋਈ ਕੱਲ੍ਹ ਨੂੰ ਕਹੇ ਵੀ ਮੇਰੀ ਤਾਂ ਐਲੀਜੀਬਿਲਟੀ ਸੀ ਵੀ ਮੈਨੂੰ ਗਰੁੱਪ ਸੀ ਦੀ ਪੋਸਟ ਮਿਲਣੀ ਚਾਹੀਦੀ, ਕੀ ਉਹਦੀ ਅਸੀਂ ਪੋਸਟ ਆ ਜਿਹੜੀ ਅਪਗ੍ਰੇਡ, ਕੱਲ੍ਹ ਨੂੰ ਇੱਕ ਵਾਰ ਨਿਯੁਕਤੀ ਪੱਤਰ ਜਾਰੀ ਹੋ ਗਿਆ ਤਾਂ ਕੀ ਉਹਦੀ ਪੋਸਟ ਆ ਜਿਹੜੀ ਅਪਗ੍ਰੇਡ ਕਰਕੇ ਸੀ ਕਰ ਸਕਦੇ ਹਾਂ? ਨਹੀਂ ਦੋਸਤੋ, ਸਰਕਾਰ ਨੇ 2002 ਦੀਆਂ ਹਦਾਇਤਾਂ ਦੇ ਵਿੱਚ ਜਦੋਂ ਫਰੇਮ ਕੀਤੀਆਂ ਸੀ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਵੀ ਜੇਕਰ ਇੱਕ ਵਾਰ ਅਸੀਂ ਉਹਨੂੰ ਪੋਸਟ ਦੇਤੀ ਕੋਈ ਵੀ, ਬੇਸ਼ੱਕ ਗਰੁੱਪ ਡੀ ਦੀ ਦੇਤੀ ਗਰੁੱਪ ਸੀ ਦੀ, ਤਾਂ ਅਸੀਂ ਉਹਨੂੰ ਪੋਸਟ ਆ ਜਿਹੜੀ ਉਹਦੀ ਅਪਗ੍ਰੇਡ ਨਹੀਂ ਕਰ ਸਕਦੇ, ਨਾ ਅਪਗ੍ਰੇਡ ਕਰਾਂਗੇ ਨਾ ਹੀ ਡਾਊਨਗ੍ਰੇਡ ਕਰਾਂਗੇ। ਅਤੇ ਇਸੇ ਤਰ੍ਹਾਂ ਜੇਕਰ ਮੰਨ ਲਓ ਇੱਕ ਵਿਅਕਤੀ ਨੂੰ, ਇਹ ਵਿਅਕਤੀ ਨੂੰ ਅਸੀਂ ਜੋਬ ਦਿੱਤੀ ਆ, ਅਸੀਂ ਉਹਨੂੰ ਅਪਾਇੰਟਮੈਂਟ ਲੈਟਰ ਕਰ ਲਿਆ, ਉਹਨੇ ਜੁਆਇਨਿੰਗ ਕਰ ਲਈ, ਤਾਂ ਕੱਲ੍ਹ ਨੂੰ ਉਹ ਕਹੇ ਵੀ ਮੈਂ ਜੋਬ ਨਹੀਂ ਕਰਨੀ, ਵੀ ਮੇਰੇ ਕਿਸੇ ਹੋਰ ਮੈਂਬਰ ਨੂੰ ਦੇ ਦਿਉ, ਕਿ ਅਸੀਂ ਉਹਦੇ ਜਿਹੜੀ ਇਹ ਜੋਬ ਆ ਇਹ ਨੌਕਰੀ ਦਿੱਤੀ ਆ ਉਹ ਕਿਸੇ ਦੂਜੇ ਬੀ ਵਿਅਕਤੀ ਨੂੰ ਦੇ ਸਕਦੇ ਹਾਂ ਜੇਕਰ ਇੱਕ ਵਾਰ ਉਹਨੇ ਹਾਸਲ ਕਰ ਲਿਆ? ਨਹੀਂ ਦੋਸਤੋ, ਜੇਕਰ ਉਹ ਵਿਅਕਤੀ ਨੌਕਰੀ ਛੱਡੇਗਾ ਤਾਂ ਉਹਨੂੰ ਨੌਕਰੀ ਉਹਦੀ ਖਤਮ ਹੋ ਜਾਏਗੀ, ਅਸੀਂ ਉਹ ਬੀ ਵਿਅਕਤੀ ਨੂੰ ਨੌਕਰੀ ਦੁਬਾਰੇ ਟ੍ਰਾਂਸਫਰ ਨਹੀਂ ਕਰ ਸਕਦੇ, ਨਾ ਤਾਂ ਅਸੀਂ ਉਹਦੀ ਪੋਸਟ ਅਪਗ੍ਰੇਡ ਕਰ ਸਕਦੇ ਨਾ ਡਾਊਨਗ੍ਰੇਡ ਕਰ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਜਿਹੜੀ ਇਹ ਆ ਇੱਕ ਵਿਅਕਤੀ ਨੂੰ, ਜਿਵੇਂ ਏ ਨੂੰ ਨੌਕਰੀ ਮਿਲ ਗਈ ਤਾਂ ਉਹਦੀ ਪੋਸਟ ਆ ਜਿਹੜੀ ਦੂਜੇ ਵਿਅਕਤੀ ਨੂੰ ਅਸੀਂ ਟ੍ਰਾਂਸਫਰ ਨਹੀਂ ਕਰ ਸਕਦੇ ਹੈਗੇ। ਜਦੋਂ ਵੀ ਕਿਸੇ ਵਿਅਕਤੀ ਨੂੰ ਤਰਸ ਦੇ ਆਧਾਰ 'ਤੇ ਜੋਬ ਦੇਣੀ ਆ, ਜਾਂ ਤਾਂ ਅਸੀਂ ਗਰੁੱਪ ਸੀ ਦੀ ਦੇਵਾਂਗੇ ਜਾਂ ਗਰੁੱਪ ਡੀ ਦੀ ਦੇਵਾਂਗੇ। ਅਸੀਂ ਕਿਸੇ ਵੀ ਵਿਅਕਤੀ ਨੂੰ ਦੋਸਤੋ, ਭਾਵੇਂ ਉਹਦੀ ਵਿੱਦਿਅਕ ਯੋਗਤਾ ਏ ਕਲਾਸ ਵਾਸਤੇ ਆ, ਚਾਹੇ ਉਹਦੀ ਯੋਗਤਾ ਬੀ ਕਲਾਸ ਵਾਸਤੇ ਆ, ਅਸੀਂ ਏ ਜਾਂ ਬੀ ਕਲਾਸ ਦੀ ਜੋਬ ਆ ਉਹਨੂੰ ਨਹੀਂ ਦੇਵਾਂਗੇ, ਸਿਰਫ ਅਸੀਂ ਗਰੁੱਪ ਸੀ ਜਾਂ ਗਰੁੱਪ ਡੀ ਦੀ ਪੋਸਟ ਹੀ ਦੇਵਾਂਗੇ। ਭਾਵੇਂ ਕਿ ਸਰਕਾਰ ਆਪਣੇ ਪੱਧਰ 'ਤੇ ਕਈ ਵਾਰ ਨਿਯਮਾਂ ਨੂੰ ਤੋੜ ਵੀ ਦਿੰਦੀ ਆ, ਤੁਹਾਨੂੰ ਪਤਾ ਹੋਊਗਾ। ਇਸੇ ਤਰ੍ਹਾਂ ਦੋਸਤੋ, ਜੇਕਰ ਕੋਈ ਵਿਅਕਤੀ ਗਰੁੱਪ ਡੀ ਦੀ ਪੋਸਟ 'ਤੇ ਲੱਗਿਆ ਹੋਇਆ ਸੀ ਅਤੇ ਉਸ ਤੋਂ ਬਾਅਦ ਉਸ ਕਰਮਚਾਰੀ ਦੀ ਡੈਥ ਹੋ ਗਈ, ਅਤੇ ਉਸ 'ਤੇ ਜਿਹੜੇ ਤਰਸ ਦੇ ਆਧਾਰ 'ਤੇ ਜਦੋਂ ਆਪਾਂ ਨੇ ਜੋਬ ਔਫਰ ਕਰਨੀ ਆ, ਅਤੇ ਜਿਹੜਾ ਉਹਦਾ ਬੱਚਾ ਸੀ ਉਹਦੀ ਜਿਹੜੀ ਐਲੀਜੀਬਿਲਟੀ ਆ ਉਹ ਗਰੁੱਪ ਸੀ ਪੋਸਟ ਵਾਸਤੇ ਬਣ ਰਹੀ ਆ, ਅਤੇ ਜਿੰਨੀ ਵੀ ਸੀ ਗਰੁੱਪ ਦੀ ਪੋਸਟ ਵਾਸਤੇ ਉਹਦੀ ਐਲੀਜੀਬਿਲਟੀ ਸੀ ਉਹ ਪੂਰੀ ਫੁਲਫਿਲ ਕਰ ਰਿਹਾ ਹੈ, ਅਤੇ ਉਹਦੀ ਵਿੱਦਿਅਕ ਯੋਗਤਾ ਜੋ ਵੀ ਸੀ ਕੰਡੀਸ਼ਨਾਂ ਸੀ ਉਹ ਸ਼ਰਤਾਂ ਸਾਰੀਆਂ ਪੂਰੀਆਂ ਕਰ ਰਿਹਾ ਹੈ, ਕਿ ਅਸੀਂ ਉਹਨੂੰ ਗਰੁੱਪ ਸੀ ਦੀ ਪੋਸਟ ਵਾਸਤੇ ਦੇ ਸਕਦੇ ਹਾਂ। ਹਾਂਜੀ ਦੋਸਤੋ, ਅਸੀਂ ਉਹਨੂੰ ਉਸ ਬੱਚੇ ਨੂੰ ਜਿਹੜਾ ਗਰੁੱਪ ਡੀ ਦੀ ਪੋਸਟ ਦਾ ਆਸਰਿਤ ਮੈਂਬਰ ਦਾ ਹੈ, ਜੇਕਰ ਉਹ ਗਰੁੱਪ ਸੀ ਦੀਆਂ ਪੋਸਟ ਦੀ ਪੋਸਟ ਅਸਾਮੀ ਦੀਆਂ ਜਿੰਨੀਆਂ ਵੀ ਵਿੱਦਿਅਕ ਯੋਗਤਾਵਾਂ ਜਾਂ ਜਿੰਨੀਆਂ ਵੀ ਸ਼ਰਤਾਂ ਪੂਰੀਆਂ ਕਰ ਰਿਹਾ ਹੈ, ਤਾਂ ਅਸੀਂ ਉਹਦੇ ਨਾਲ ਉਹਨੂੰ ਗਰੁੱਪ ਸੀ ਦੀ ਪੋਸਟ ਦੇ ਸਕਦੇ ਹਾਂ। ਮੰਨ ਲਓ ਦੋਸਤੋ, ਇੱਕ ਕਰਮਚਾਰੀ ਦੀ ਡੈਥ ਹੋਈ ਆ, ਅਤੇ ਉਸ ਡੈਥ ਤੋਂ ਬਾਅਦ ਜਿਹੜੇ ਉਹਦੇ ਬੱਚੇ ਆ ਉਹ ਛੋਟੇ ਆ, ਨਾਬਾਲਗ ਆ, ਇੱਕ ਦੀ ਉਮਰ 3 ਸਾਲ ਲਾ ਲਓ, ਇੱਕ ਦੀ ਲਾ ਲਓ ਤੁਸੀਂ 5 ਸਾਲ ਆ, ਅਤੇ ਜਿਹੜੀ ਮਦਰ ਆ ਉਹ ਇਸ ਹਾਲਤ ਦੇ ਵਿੱਚ ਨਹੀਂ ਹੈਗੀ ਕਿ ਉਹ ਜੋਬ ਲੈ ਸਕੇ ਜਾਂ ਕਰ ਸਕੇ, ਤਾਂ ਫਿਰ ਕੀ ਕਰਾਂਗੇ ਜੀ? ਤਾਂ ਇਸ ਕੇਸ ਦੇ ਵਿੱਚ ਅਸੀਂ ਮਦਰ ਦੀ ਸਹਿਮਤੀ ਦੇ ਨਾਲ ਮਦਰ ਐਪਲੀਕੇਸ਼ਨ ਦਊਗੀ, ਤਾਂ ਜਿਹੜਾ ਇਸ ਕੰਮ ਵਾਸਤੇ ਜਿਹੜਾ ਗਾਈਡ ਕਰਨਾ ਹੈ ਉਹ ਦਫ਼ਤਰ ਦੇ ਮੁਖੀ ਨੇ ਹੀ ਕਰਨਾ ਹੈ, ਠੀਕ ਹੈ ਜੀ? ਤਾਂ ਅਸੀਂ ਉਸ ਮਦਰ ਦੀ ਸਹਿਮਤੀ ਦੇ ਨਾਲ ਉਹ ਕੇਸ ਪੈਂਡਿੰਗ ਰੱਖਾਂਗੇ। ਕਦੋਂ ਤੱਕ ਰੱਖਾਂਗੇ ਪੈਂਡਿੰਗ? ਜਦੋਂ ਤੱਕ ਬੱਚਾ ਜਾਂ ਤਾਂ 16 ਸਾਲ ਦਾ, 16 ਸਾਲ ਇਨ ਕੇਸ ਜੇਕਰ ਅਸੀਂ ਗਰੁੱਪ ਡੀ ਦੀ ਪੋਸਟ ਦੇਣੀ ਆ ਉਹਨੂੰ, ਅਤੇ ਇਸੇ ਤਰ੍ਹਾਂ 18 ਸਾਲ ਦਾ ਹੋਵੇਗਾ ਜਾਂ ਉਹ ਜੇਕਰ ਅਸੀਂ ਉਹਨੂੰ ਗਰੁੱਪ ਸੀ ਦੀ ਪੋਸਟ ਦੇਵਾਂਗੇ, ਜਾਂ ਫਿਰ ਉਹਦੀ ਜਿਹੜੀ ਜੇਕਰ ਮੰਨ ਲਓ ਅਸੀਂ ਉਹਨੂੰ ਗਰੁੱਪ ਸੀ ਦੀ ਕੋਈ ਹਾਇਰ ਪੋਸਟ ਦੇਣੀ ਆ, ਜਿਵੇਂ ਕਿ ਕਲਰਕ ਦੀ ਦੇਣੀ ਆ, ਤਾਂ ਜਦੋਂ ਉਹਦੀ ਵਿੱਦਿਅਕ ਯੋਗਤਾ ਇਸ ਗਰੁੱਪ ਸੀ ਦੀ ਪੋਸਟ ਵਾਸਤੇ ਪੂਰੀ ਹੋ ਜਾਏਗੀ, ਤਾਂ ਉਹਨੂੰ 1 ਸਾਲ ਦੇ ਅੰਦਰ ਉਹਨੂੰ
ਜੋਬ ਵਾਸਤੇ ਫਿਰ ਤੋਂ ਲਿਖ ਕੇ ਦੇਣਾ ਪਵੇਗਾ, ਯਾਨੀ ਕਿ ਐਪਲੀਕੇਸ਼ਨ ਦੇਣੀ ਹੋਵੇਗੀ ਕਿ ਜਿਹੜੀ ਮੈਂ ਆਪਣੀ ਇਹ ਵਿੱਦਿਅਕ ਯੋਗਤਾ ਜਾਂ ਮੇਰੀ ਇੰਨੀ ਉਮਰ ਪੂਰੀ ਹੋ ਗਈ ਜਾਂ ਮੇਰੀ ਜਿਹੜੀ ਵਿੱਦਿਅਕ ਯੋਗਤਾ ਪੂਰੀ ਹੋ ਗਈ ਅਤੇ ਮੈਨੂੰ ਹੁਣ ਨੌਕਰੀ ਵਾਸਤੇ ਨੌਕਰੀ ਦੇ ਦਿੱਤੀ ਜਾਵੇ। ਤਰਸ ਦੇ ਆਧਾਰ ਉੱਤੇ ਆਪਾਂ ਭਰਤੀ ਕਰਦੇ ਹਾਂ ਦੋਸਤੋ, ਇਹ ਰੈਗੂਲਰ ਬੇਸ ਦੀਆਂ ਜਿਹੜੀਆਂ ਅਸਾਮੀਆਂ, ਯਾਨੀ ਕਿ ਪੱਕੇ ਤੌਰ 'ਤੇ ਭਰਤੀ ਕੀਤੀ ਜਾਂਦੀ ਆ। ਅਸੀਂ ਜਿਹੜੇ ਤਰਸ ਦੇ ਆਧਾਰ ਉੱਤੇ ਕਰਮਚਾਰੀ ਹੁੰਦੇ ਹਾਂ, ਨਾ ਤਾਂ ਅਸੀਂ ਇਹਨੂੰ ਠੇਕੇ ਦੇ ਆਧਾਰ ਉੱਤੇ ਰੱਖ ਸਕਦੇ ਹਾਂ, ਨਾ ਕੱਚੇ ਤੌਰ 'ਤੇ, ਅਤੇ ਨਾ ਹੀ ਅਸੀਂ ਇਹਨਾਂ ਨੂੰ ਐਡਹੋਕ 'ਤੇ, ਸਿਰਫ ਇਹਨਾਂ ਦੀ ਜਿਹੜੀ ਭਰਤੀ ਕੀਤੀ ਜਾਵੇਗੀ ਇਹ ਰੈਗੂਲਰ ਤੌਰ 'ਤੇ ਕੀਤੀ ਜਾਂਦੀ ਆ, ਅਤੇ ਕੀਤੀ ਵੀ ਸਿੱਧੀ ਭਰਤੀ ਦੀਆਂ ਅਸਾਮੀਆਂ 'ਚੋਂ ਕੀਤੀ ਜਾਂਦੀ ਆ। ਜਦੋਂ ਵੀ ਦੋਸਤੋ ਅਸੀਂ ਕਿਸੇ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੇਣੀ ਆ ਤਾਂ ਉਹਦੇ ਵਾਸਤੇ ਸਾਨੂੰ ਕੁਝ ਦਸਤਾਵੇਜ਼ ਯਾਨੀ ਕਿ ਡਾਕੂਮੈਂਟ ਚਾਹੀਦੇ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਇੱਕ ਹਲਫੀਆ ਬਿਆਨ ਚਾਹੀਦੇ ਹੁੰਦੇ ਆ ਜਿੰਨੇ ਵੀ ਪਰਿਵਾਰਕ ਮੈਂਬਰ ਹੁੰਦੇ ਆ ਜੀ। ਉਹ ਤੋਂ ਬਾਅਦ ਇੱਕ ਚੱਲ ਅਤੇ ਅਚੱਲ ਜਾਇਦਾਦ ਕਿ ਉਸ ਪਰਿਵਾਰ ਦੇ ਪਾਸ ਕਿੰਨੀ ਚੱਲ ਅਤੇ ਅਚੱਲ ਜਾਇਦਾਦ ਆ, ਅਤੇ ਉਹਨਾਂ ਦੇ ਪਰਿਵਾਰ ਦੀ ਮਹੀਨੇ ਦੀ ਆਮਦਨ ਜਾਂ ਸਾਲਾਨਾ ਆਮਦਨ ਕਿੰਨੀ ਆ, ਅਤੇ ਜਿਸ ਵੀ ਵਿਅਕਤੀ ਨੂੰ ਅਸੀਂ ਨੌਕਰੀ ਦੇਣੀ ਆ ਉਸ ਵਿਅਕਤੀ ਦੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਚਾਹੀਦੇ ਹੁੰਦੇ ਆ, ਅਤੇ ਜਾਤੀ ਸਰਟੀਫਿਕੇਟ ਜੇਕਰ ਲਾਗੂ ਹੋਵੇ, ਅਤੇ ਉਸ ਵਿਅਕਤੀ ਦਾ ਮੌਤ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਹੈ ਜਿਸ ਸਰਕਾਰੀ ਕਰਮਚਾਰੀ ਦੀ ਡੈਥ ਹੋਈ ਹੁੰਦੀ ਆ, ਅਤੇ ਇਸ ਤੋਂ ਇਲਾਵਾ ਇੱਕ ਚੈੱਕ ਲਿਸਟ ਜਾਂ ਯਾਨੀ ਕਿ ਜਿਹੜੇ ਵੇਰਵੇ ਹੁੰਦੇ ਉਸ ਦਫ਼ਤਰ ਦੇ ਮੁਖੀ ਨੇ ਦੇਣੇ ਹੁੰਦੇ ਜਿਸ ਦਫ਼ਤਰ ਦੇ ਵਿੱਚ ਮ੍ਰਿਤਕ ਕਰਮਚਾਰੀ ਜਿਹੜਾ ਡਿਊਟੀ ਕਰ ਰਿਹਾ ਹੁੰਦਾ ਹੈ। ਜਿਸ ਵੀ ਵਿਅਕਤੀ ਨੂੰ ਦੋਸਤੋ ਅਸੀਂ ਤਰਸ ਦੇ ਆਧਾਰ ਉੱਤੇ ਨੌਕਰੀ ਦੇਣੀ ਆ, ਉਸ ਪਾਸੋਂ ਅਸੀਂ ਇੱਕ ਅੰਡਰਟੇਕਿੰਗ ਲੈਂਦੇ ਹਾਂ, ਅਤੇ ਉਸ ਅੰਡਰਟੇਕਿੰਗ ਦੇ ਵਿੱਚ ਅਸੀਂ ਉਸ ਤੋਂ ਲਿਖਤੀ ਤੌਰ 'ਤੇ ਲੈਂਦੇ ਹਾਂ ਕਿ ਜਦੋਂ ਵੀ ਮੈਂ ਤਰਸ ਦੇ ਆਧਾਰ ਉੱਤੇ ਨੌਕਰੀ ਮੈਨੂੰ ਮਿਲ ਗਈ ਤਾਂ ਜਿਹੜੇ ਵੀ ਮੇਰੇ ਪਰਿਵਾਰ ਦੇ ਮੇਰੇ ਉੱਤੇ ਆਸ਼ਰਿਤ ਮੈਂਬਰ ਹੋਣਗੇ ਮੈਂ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਾਂਗਾ, ਅਤੇ ਉਹਨਾਂ ਦੀ ਜ਼ਿੰਮੇਵਾਰੀ ਦੀ ਪਾਲਣ ਪੋਸ਼ਣ ਦੀ ਜਿਹੜੀ ਵੀ ਆ ਜ਼ਿੰਮੇਵਾਰੀ ਮੇਰੀ ਹੋਵੇਗੀ, ਅਤੇ ਜੇਕਰ ਭਵਿੱਖ ਵਿੱਚ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਦੇ ਨਾਲ ਦੇਖਭਾਲ ਨਹੀਂ ਕਰਦਾ ਹੈਗਾ, ਕਿਸੇ ਪ੍ਰਕਾਰ ਦੀ ਉਹਨਾਂ ਨੂੰ ਕੋਈ ਔਕੜ ਆਉਂਦੀ ਆ ਤਾਂ ਜਿਹੜੀ ਮੇਰੀ ਨੌਕਰੀ ਇਹ ਖਤਮ ਕਰ ਦਿੱਤੀ ਜਾਵੇ, ਯਾਨੀ ਕਿ ਮੇਰੀ ਜਿਹੜੀ ਨੌਕਰੀ ਉਹ ਟਰਮੀਨੇਟ ਕਰ ਦਿੱਤਾ ਜਾਵੇ। ਧੰਨਵਾਦ ਦੋਸਤੋ।